ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਨਲ 768 ਦੇਖ ਰਹੇ ਹੀ ਸਬ ਦਰਸ਼ਕ ਆਸਰੇ ਜੀ ਸ੍ਰੀਮ ਵੈਲਕਮ ਸਵਗਤਮ ਖੁਸ਼ ਆਮਦੀਦ ਜੀ ਆਨੂ ਸਤ ਕਾਨੂ ਮੈਂ ਵਾਰੀ ਮੈਂ ਬਲਿਹਾਰ ਪ੍ਰੋਗਰਾਮ ਵੌਇਸ ਆਫ ਸ਼ੋਕਸ਼ਰ ਲੈ ਕੇ ਹਾਜ਼ਰ ਤੁਹਾਡਾ ਆਪਣਾ ਪ੍ਰੈਜੈਂਟਰ ਦੋਸਤ ਮਾਸਟਰ ਵਰਿੰਦਸਿੰਘ ਜ਼ਖਮੀ ਗੁਰअर्जਨ ਦੇਵ ਸ਼ਹੀਦੀ ਪਾਈ ਕਾਰਜ ਕਰਕੇ ਵੱਡੇ ਭਾਰੇ ਸਿੱਖ ਕੌਮ ਦਾ ਵੱਡਾ ਮੋੜ ਹਰਿਮੰਦਰ ਨੀ ਜੋੜੇ ਭਾਈ ਚਾਰੇ ਸੇਵੇ ਗੁਰਾਂ ਧਾਰੀ ਭਗਤੀ ਸ਼ਕਤੀ ਹੱਥ ਦਿਖਾਏ ਖੂਬ ਕਰਾਰੇ ਜ਼ੁਲਮ ਕਰਨਾ ਨਾ ਸਹਿਣਾ ਜ਼ਖਮੀ ਜੱਗ ਦੇਖੇ ਤਿੰਨ ਘੱਲੂ ਘਰੇ ਗੁਰੂ ਅਰਜਨ ਦੇਵ ਸ਼ਹੀਦੀ ਪਾਈ ਕਾਰਜ ਕਰਕੇ ਵੱਡੇ ਭਾਰੇ ਸਿੱਖ ਕੌਮ ਦਾ ਵੱਡਾ ਮੋੜ ਹਰਿਮੰਦਰ ਨੀ ਜੋੜੇ ਭਾਈ ਚਾਰੇ ਛੇਵੇਂ ਗੁਰਾਂ ਧਾਰੀ ਭਗਤੀ ਸ਼ਕਤੀ ਹੱਥ ਦਿਖਾਏ ਖੂਬ ਕਰਾਰੇ ਜ਼ੁਲਮ ਕਰਨਾ ਨਾ ਸਹਿਣਾ ਜ਼ਖਮੀ जग ਦੇਖੇ ਤਿੰਨ ਘਲੂ ਘਾਰੇ ਸਿੱਖ ਜਨ ਦੇ ਪਿਆਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਰਯੇ ਨਮਸਕਾਰ ਸਲਾਮਾਤ ਸਤਲੁਜ ਬਿਆਸ ਸਰਾਵੀ ਚਨਾਮ ਤੇ ਜਿਲਮ ਦੇ ਵਸਨੀਕ ਵਿਯੋਦਈ ਸੰਤ ਸਿਪਾਹੀ ਤੇ ਪਜਨੀਕ ਕੁੱਲ ਆਲਮ ਦੇ ਪੰਜਾਬੀਆਂ ਨੂੰ ਇੱਕ ਵਾਰ ਫੇਰ ਸਿੱਖ ਚੈਨਲ ਤੇ ਜੀ ਆਨੂੰ ਕਹਿੰਦੇ ਆ ਮੈਨੂੰ ਬੇਹਤ ਖੁਸ਼ੀ ਅਤੇ ਪਰਸੰਤਾ ਦਾ ਅਹਿਸਾਸ ਹੋ ਰਿਹਾ ਜੀ ਆਓ ਜੀ ਫਿਰ ਆਪਣਾ ਹਫਤਾਵਾਰੀ ਪਰਿਵਾਰਿਕ ਪ੍ਰੋਗਰਾਮ ਵੌਇਸ ਆਫ ਯਾਕਸ਼ਰ ਸ਼ੁਰੂ ਕਰੀਏ ਸਾਡੇ ਸੰਗੀਤ ਬੀਬੀ ਸੁਵਿੰਦਰ ਕੌਰ ਜੀ ਗਿਲ ਟੈਕਨੀਕਲ ਟੀਮ ਵੱਲੋਂ ਸੰਗੀਤ શ્રી ਕੁਮਾਰ ਕਾਰਤਿਕ ਸਾਹਿਬ ਗੁਰਫਤੇ ਦੀ ਸਾਈ ਦੇ ਨਾਲ ਸਾਰੇ ਪ੍ਰੋਗਰਾਮਾਂ ਦੀ ਸ਼ੁਰੂਆਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚਦੇ ਹੋਵੋ ਕਿ ਅੱਜ ਦਾ ਟੌਪਿਕ ਮਸਬੂਨ ਜਾਂ ਅਨਵਾਨ ਕੀ ਹੋ ਇਸ ਹਫਤੇ ਸਿੱਖ ਪੰਥੂ ਸਾਰੀ ਦੁਨੀਆ ਵਿੱਚ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦਾ 417ਵਾਂ ਸ਼ਹੀਦੀ ਗੁਰਪ੍ਰਬੰਧ ਆ ਰਿਹਾ ਹੈ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦਾ ਸਬੂਤ ਦੇ ਕੇ ਇਹ ਗੱਲ ਸਾਬਤ ਕੀਤੀ ਕਿ ਸਿੱਖ ਧਰਮ ਸਿੱਧਕੀਆਂ ਦਾ ਨਿਰਵੈਰਾ ਜਾਨ ਤੇ ਖੇਡਣ ਵਾਲਿਆਂ ਦਾ ਤੇ ਕੁਰਬਾਨੀ ਕਰਨ ਵਾਲਿਆਂ ਦਾ ਧਰਮ ਹੈ ਇਹ ਕੋਈ ਰਸਮਾਂ ਹੀ ਜਾਂ ਕਰਾਮਾਤੀਆਂ ਦਾ ਧਰਮ ਨਹੀਂ ਦੇਸ਼ ਭਗਤਾਂ ਦਾ ਧਰਮ ਹੈ 92% ਆਜ਼ਾਦੀ ਦੇ ਸ਼ਹੀਦ ਪਰਵਾਨਿਆਂ ਦਾ ਧਰਮ ਹੈ। ਹਨਿਓ ਤਿੱਖੀ ਵਾੜੂ ਨਿੱਕੀ ਇਹਿਤ ਮਾਰਗ ਜਾਣਾ। ਇਹ ਸਿਰਫ ਫਲਸਫਾ ਜਾਂ ਫਿਲਾਸਫੀ ਨਹੀਂ ਸਗੋਂ ਇੱਕ ਅਮਲ ਹੈ, ਪ੍ਰੈਕਟੀਕਲ ਹੈ, ਇਨਕਲਾਬ ਹੈ, ਕ੍ਰਾਂਤੀ ਹੈ, ਰੂਹਾਨੀ ਜੋਸ਼ ਹੈ, ਰੱਬਾਨੀ ਪਵਿੱਤਰਤਾ ਹੈ, ਆਤਮ ਬਲੀਦਾਨ ਹੈ। ਜਿਦੇ ਸਦਕਾ ਅਖੀਰ ਦੇ ਵਿੱਚ ਜਾ ਕੇ ਸਿੱਖ ਰਾਜ ਕਾਇਮ ਹੋਇਆ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸੁਪਨਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਗੁਰਸਿੱਖ ਕੌਮ ਦੇ ਬਹਾਦਰ ਸੂਰਬੀਨਾਂ ਨੇ ਉਹ ਸੁਪਨਾ ਪੂਰਾ ਕਰ ਦਿਖਾਇਆ ਮਹੀਨਾ ਜੇਠ ਦਾ ਸਿਖਰ ਦੁਪਹਿਰ ਉਤੋਂ ਸੂਰਜ ਦੇਵਤਾ ਅੱਗ ਬਰਸਾਰਿਆ ਸੀ ਮਹੀਨਾ ਜੇਠ ਦਾ ਸਿਖਰ ਦੁਪਹਿਰ ਉਤੋਂ ਸੂਰਜ ਦੇਵਤਾ ਅੱਗ ਬਰਸਾਰਿਆ ਸੀ ਧੁੱਪ ਨਾਲ ਧਰਤੀ ਲਾਲ ਸੁਰਖ ਹੋਈ ਸੇਕ ਅੱਗ ਵਰਗਾ ਪਤਾ ਆ ਰਿਆ ਸੀ ਉੱਬਲ ਰਿਆ ਸੀ ਰਾਵੀ ਦਾ ਨੀਰ ਨਿਰਮਲ ਤੇ ਪਿੰਡਾਂ ਮੱਛੀਆਂ ਦਾ ਮੱਚੀ ਜਾ ਰਿਆ ਸੀ ਤੜ ਫਰਿਆ ਸੀ ਸ਼ਹਿਰ ਲਾਹੌਰ ਸਾਰਾ ਰੱਬ ਏਦਾਂ ਦਾ ਕਹਿਰ ਵਰਤਾ ਰਿਆ ਸੀ ਚੰਦੂ ਚੰਦਰਾ ਕਿਲੇ ਦੇ ਵਿੱਚ ਦੇਖੋ ਰੱਬੀ ਜੋਤ ਉੱਤੇ ਜ਼ੁਲਮ ਟਾ ਰਿਆ ਸੀ ਧੰਨ ਧੰਨ ਸੱਚਾ ਸਾਹਿਬ ਗੁਰੂ ਅਰਜਨ ਤੱਤੀ ਤਵੀ ਉੱਤੇ ਮੁਸਕਰਾ ਰਿਆ ਸੀ ਆਓ ਜੀ ਫਿਰ ਸਤਗੁਰਾਂ ਦੀ ਅਪਾਰ ਮਿਹਰਮਤ ਸਦਕਾ ਸਿੱਖੀ ਵਿਰਸੇ ਨੂੰ ਸੰਭਾਲਣ ਵਾਲੇ ਪਹਿਲੇ ਮਹਾਨ ਸ਼ਹੀਦ ਦੇ ਦਰਸ਼ਨ ਕਰਿਏ ਸਿੱਖ ਕੌਮ ਦੇ ਪੰਜਵੇਂ ਗੁਰੂ ਜੀ ਦੇ ਪ੍ਰਭਾਵਸ਼ਾਲੀ ਅਤੇ ਸੰਘਰਸ਼ਮਈ ਜੀਵਨ ਬਾਰੇ ਉਹ ਸਾਰੂ ਚਰਚਾ ਕਰੀਏ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜਾ ਸਿਰ ਦੀ ਜਾ ਕਾਨ ਨਾ ਕੀ ਜਾ ਲੇਬਨਾਨ ਦੀ ਬੇਕਰੀ ਵਿੱਚ ਕੰਮ ਕਰਦਿਆਂ ਮੇਰੇ ਮਿਸਰੀ ਕੋਲੀਗ ਮੁਹੰਮਦ ਅਲੀ ਵਹਿਬ ਨੇ ਦੱਸਿਆ ਸੀ ਅਰਬੀ ਬੋਲੀ ਦੇ ਸ਼ਬਦ ਸ਼ਹੀਦ ਸ਼ਾਹਿਦ ਜਾਂ ਸ਼ਹੀਦੀ ਦਾ ਮਤਲਬ ਹੈ ਗਵਾ ਵਿਟਨੈਸ ਜਾਨੀ ਮੈਂ ਆਪਣੀ ਜਾਨ ਦੀ ਗਵਾਹੀ ਦਿੰਦਾ ਹਾਂ ਆਪਣੀ ਜਾਨ ਦੇ ਕੇ ਗਵਾਹੀ ਦਿੰਦਾ ਹਾਂ ਕਿ ਮੈਂ ਸੱਚਾ ਹਾਂ ਪਹਿਲੇ ਹਿੱਸੇ ਵਿੱਚ ਅੱਜ ਦੇ ਪ੍ਰੋਗਰਾਮ ਦੇ ਅਸੀਂ ਵਿਚਾਰਾਂਗੇ ਕਿ ਸਿੱਖ ਕੌਮ ਗੁਰੂ ਜੀ ਨੂੰ 417 ਸਾਲਾਂ ਬਾਅਦ ਵੀ ਯਾਦ ਕਿਉਂ ਕਰਦੀ ਹੈ ਕਿਉਂ ਅਸੀਂ ਯਾਦ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਕਾਰਨਾ ਕਰਕੇ ਉਹਨਾਂ ਦੀ ਕੀ ਖਾਸੀਅਤ ਸੀ ਕੀ ਕੁਝ ਉਹਨਾਂ ਨੇ ਵੱਡਾ ਕੀਤਾ ਜਿਸ ਕਰਕੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਗੁਰੂ ਜੀ ਦੀ ਸ਼ਖਸੀਅਤ ਨੂੰ ਗੌਰ ਨਾਲ ਦੇਖੀਏ ਤਾਂ ਉਹਨਾਂ ਵਿੱਚ ਸੱਚੇ ਜਿਗਿਆਸੂ ਵਾਲਾ ਸਿਦਕ ਬਹਾਦਰਾਂ ਵਾਲਾ ਜੋਸ਼ ਭਗਤ ਵਾਲੀ ਪਵਿੱਤਰਤਾ ਬਜ਼ੁਰਗ ਵਾਲੀ ਨਿਮਰਤਾ ਕਾਮਲ ਮਰਦਾਂ ਵਾਲੀ ਮਰਦਾਨਗੀ ਉਸਤਾਦ ਵਾਲਾ ਹੁਨਰ ਅਤੇ ਇੱਕ ਸੱਚੇ ਆਸ਼ਕ ਵਰਗਾ ਪਿਆਰ ਹੈ ਗੁਰੂ ਅਰਜਨ ਦੇ ਪ੍ਰਗਟੇ ਗੋਇੰਦਵਾਲ ਨੇਕ ਜ਼ਹੀਨ ਖਾਸ ਅੰਦਾਜ਼ ਪਿਤਾ ਗੁਰੂ ਰਾਮਦਾਸ ਮਾਤਾ ਪਾਨੀ ਸਿੱਖ ਕੌਮ ਦੇ ਬਹੁਤ ਜਹਾਜ਼ ਸਰੋਵਰ ਅੰਦਰ ਬਣਾ ਹਰੀ ਮੰਦਰ ਦਸਵੰਦ ਰਸਮ ਕੀਤਾ ਆਗਾਜ਼ ਗੁਰੂ ਗ੍ਰੰਥ ਸੰਪੂਰਨ ਕਰ ਜ਼ਖਮੀ ਸਭ ਧਰਮਾਂ ਦੀ ਬਣੇ ਆਵਾਜ਼ ਗੁਰੂ ਅਰਜਨ ਦੇਵ ਪ੍ਰਗਟੇ ਗੋਇੰਦਵਾਲ ਨੇਕ ذہীন ਖਾਸ ਅੰਦਾਜ਼ ਪਤਾ ਗੁਰੂ ਰਾਮਦਾਸ ਮਾਤਾ ਪਾਨੀ ਸਿੱਖ ਕੌਮ ਦੇ ਬੋਹਿਤ ਜਹਾਜ਼ ਸਰੋਵਰ ਅੰਦਰ ਬਣਾ ਹਰਿ ਮੰਦਰ ਦਸਵੰਦ ਰਸਮ ਕੀਤਾ ਆਗਾਜ਼ ਗੁਰੂ ਗ੍ਰੰਥ ਸੰਪੂਰਨ ਕਰ ਜ਼ਖਮੀ ਸਭ ਧਰਮਾਂ ਦੀ ਬਣੀ ਆਵਾਜ਼ ਸ਼ਾਂਤੀ ਦੇ ਪੁੰਜ ਮਾਨਵਤਾ ਦੇ ਪਹਿਰੇਦਾਰ ਭਈਲੇ ਸ਼ਹੀਦ ਗੁਰੂ ਜੀ ਨੇ 3 ਰਾਗਾਂ ਵਿੱਚ ਬਾਣੀ ਲਿਖੀ ਗੁਰੂ ਜੀ ਭਾਰਤੀ ਨਿਰਧਾਰਿਤ ਰਾਗਾਂ ਦੇ ਯਾਨੀ ਕਲਾਸਿਕਲ ਰਾਗਾਂ ਦੇ ਕੀਰਤਨੀਏ ਸਨ ਗੁਰੂ ਜੀ ਨਪੁੰਸਰੰਦਾਵਾਦਕ ਰਾਗੀ ਗਵਈਏ ਸਨ ਜਿਨ੍ਹਾਂ ਨੇ ਸਿੱਖਾਂ ਨੂੰ ਕੀਰਤਨ ਕਰਨ ਦੀ ਜਾਚ ਵੀ ਦੱਸੀ ਇਰਤਨ ਦੀ ਬਖਸ਼ਿਸ਼ ਵੀ ਕੀਤੀ ਸਨ 1984 ਦੇ ਕੱਲੂ ਘਾਰੇ ਤੋਂ ਪਹਿਲਾਂ ਅਸੀਂ ਸਿੱਖ ਅਜਾਇਬ ਘਰ ਅੰਮ੍ਰਿਤਸਰ ਦੇ ਵਿੱਚ ਗੁਰੂ ਜੀ ਦਾ ਉਹ ਸਰੰਦਾ ਦੇਖਿਆ ਸੀ ਜਿਹਦੇ ਉੱਪਰ ਸਲਿੱਪ ਲੱਗੀ ਹੋਈ ਸੀ ਲਿਖਿਆ ਸੀ ਗੁਰੂ ਅਰਜਨ ਦੇਵ ਜੀ ਦਾ ਸਰੰਦਾ ਗੁਰੂ ਜੀ ਨੇ ਜਨਤਾ ਦੀ ਖੁਸ਼ਹਾਲੀ ਵਾਸਤੇ 17 ਤੀਰਥ ਸਥਾਨ ਬੜਵਾਏ ਜਿਨ੍ਹਾਂ ਵਿੱਚ ਸ਼੍ਰੋਮਣੀ ਸ਼੍ਰੀ ਹਰਮੰਦਰ ਸਾਹਿਬ तरनतारन صاحب ਕਰਤਾਰਪੁਰ ਨੇੜੇ ਜਲੰਧਰ ਸ੍ਰੀ ਹਰਗੋਬਿੰਦਪੁਰ ਤੇ ਸ਼ੇਰਟਾ ਨਗਰ ਵਸਾਈ ਗੁਰੂ ਜੀ ਨੇ ਗੁਰੂ ਸਾਹਿਬਾਨ ਤੋਂ ਵੱਧ 2218 ਸ਼ਬਦ ਲਿਖੇ ਪਰ ਬੜੀ ਮਜ਼ੇਦਾਰ ਗੱਲ ਕਿ ਆਪਣੀ ਬਾਣੀ ਦੀ ਤਰਤੀਬ ਗੁਰੂ ਸਾਹਿਬਾਨ ਤੋਂ ਪਿੱਛੇ ਰੱਖੀ ਜੋ ਉਹਨਾਂ ਦੀ ਨਿਮਰਤਾ ਦੀ ਸੂਚਕ ਹੈ ਡਾਕਟਰ ਇੰਦਰਜੀਤ ਸਿੰਘ ਵਾਸੂ ਕਹਿੰਦੇ ਹਨ ਗਹਿਰੀ ਰਮਜ਼ ਕੀ ਬਾਤ ਤੋਂ ਇਹ ਹੈ ਇਹ ਗੁਰੂ ਜੀ ਭਗਤੀ ਲਹਿਰ ਦੇ ਭਗਤਾਂ ਦੀ 400 ਸਾਲਾਂ ਦੀ ਰੋਹਾਨੀ ਕਮਾਈ ਨੂੰ ਸ੍ਰੀ ਆਦ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਨ ਕਰਨ ਵਾਲੇ ਐਡਿਟ ਕਰਨ ਵਾਲੇ ਲਾਸਾਨੀ ਐਡੀਟਰ ਹਨ ਸਭ ਤੋਂ ਵਧੀਆ ਤੇ ਪਹਿਲੇ ਸੰਪਾਦਕ ਹਨ ਗਰਮੀ ਨਾਲ ਦੁਨੀਆ ਤੜਫੀ ਜਾ ਰਹੀ ਸੀ ਵਾਧੀ ਜਾ ਰਹੀ ਸੀ ਘੜੀ ਘੜੀ ਗਰਮੀ ਛਾ ਵਿੱਚ ਛੁਪੇ ਪੰਛੀ ਆਖਰੇ ਸਨ ਤੋਬਾ ਬੜੀ ਗਰਮੀ ਤੋਬਾ ਬੜੀ ਗਰਮੀ ਅੱਗ ਤਵੀ ਹੀਠਾ ਜੋ ਜੋ ਮੱਚਦੀ ਸੀ ਕਿਉਂ ਕਿਉਂ ਸ਼ਾਂਤੀ ਪੁੰਜ ਹਰ ਸ਼ਾਰਿਆ ਸੀ ਅੱਗ ਡਾਉਣ ਵਾਲਾ ਊਭੀ ਰੋ ਰਿਆ ਸੀ ਪਰਦਾ ਤੌਰ ਬੈਠਾ ਮੁਸਕਰਾ ਰਿਆ ਸੀ ਐਸੇ ਸੁਗੜ ਸੁਜਾਨ ਨੀਤੀਵਾਨ ਦੂਰੰਦੇਸ਼ ਫਿਲਾਸਫਰ ਗੁਰੂ ਅਰਜਨ ਦੇਵ ਜੀ ਦਾ ਪਾਵਨ ਪ੍ਰਕਾਸ਼ ਗੋਇੰਦਵਾਲ ਪਿੰਡ ਵਿੱਚ ਸਨ 1563 ਈਸਵੀ ਨੂੰ ਪਿਤਾ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਹੋਇਆ। ਸਾਭ ਜੀ ਦੇ ਦੋ ਵੱਡੇ ਭਰਾ ਪ੍ਰੇਥਿਆ ਜੀ ਅਤੇ ਮਹਾਦੇਵ ਜੀ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ 11 ਰਬੀ ਸ਼ਾਇਰ ਭਟਾਂ ਦੀ ਬਾਣੀ ਅੰਕਿਤ ਹੈ ਉਹਨਾਂ ਵਿੱਚੋਂ ਬਾਬਾ ਮਥਰਾ ਭਟ ਜੀ ਸੋਈਏ ਮਹਿਲੇ ਪੰਜਵੇਂ ਕੇ ਸਰਲੇਖੇਡ ਪੰਨਾ 1408 ਤੇ ਗੁਰੂ ਜੀ ਦੀ ਸਿਫਤੋ ਸਲਾਹ ਕਰਦੇ ਲਿਖਦੇ ਹਨ ਜਬ ਲਾਉ ਨਹੀਂ ਭਾਗ ਲੇਲਾ ਔਰ ਉਦਾ ਸਬ ਲਾਉ ਭਰਮ ਤੇ ਫਿਰਤੇ ਬਹੁਤਾਯੋ ਕਲ ਕੋਰ ਸਮੰਦਰ ਮਬੂਡੇ ਤਥੇ ਕਬਹੂ ਮਿਟਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾ ਆਇਓ ਹਾਂਜੀ ਪਾਜੀ ਹਾਂਜੀ ਹਾਂਜੀ ਪਾਜੀ ਸਭ ਤੋਂ ਪਹਿਲਾਂ ਅੱਜ ਆਪਾਂ ਜਿਹੜਾ ਕਿ ਸੱਚੇ ਪਿਤਾ ਧੰਨ ਧੰਨ ਸੇਗੁਰਾਜਨ ਦੇਵ ਜੀ ਮਹਾਰਾਜ ਦੇ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬੋਹਤ ਸ਼ਾਂਤੀ ਦੇ ਪੁੰਜ ਉਹਨਾਂ ਦੀ ਸ਼ਹਾਦਤ ਅੱਜ ਆਪਾਂ ਮਨਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਨਾਮ ਹੈ ਫੋਟਾਂਨ ਕੋਟ ਪਰ ਨਾਮ ਕਰੀਏ ਸੱਚੇ ਪਿਤਾ ਨੂੰ ਕਹਿੰਦੇ ਹਾਂ ਕਿ ਰੁੱਤ ਵੀ ਤਤੀ ਧੁੱਪ ਵੀ ਤਤੀ ਤਤੀ ਵਗੇ ਹਵਾ ਤਤੀ ਤਵਿਤੇ ਸਤਗੁਰ ਵੈਗੈ ਆਣ ਚੌਂਕੜਾ ਲਾ ਤਤੀ ਤਵਿਤੇ ਸਤਗੁਰ ਵੈਗੈ ਆਣ ਚੌਂਕੜਾ ਲਾ ਕਹਿੰਦੇ ਹਨ ਕਿ ਸੱਚੇ ਪਿਤਾ ਦੁਨੀਆ ਦੇ ਇਤਿਹਾਸ ਵਿੱਚ ਵੱਖ-ਵੱਖ ਅਵਤਾਰਾਂ ਰਹਿਬਰਾਂ ਨੇ ਪਰਮਾਨੇ ਅਤੇ ਮਨੁੱਖਤਾ ਲਈ ਜੀਵਨ ਜੀਵਨ ਦੀ ਜਾਂਚ ਦੱਸੀ ਹੈ ਪਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖ ਕੌਮ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਹੱਕ ਸੱਚ ਦੇ ਲਈ ਮਰਨ ਦੀ ਜਾਚ ਵੀ ਸਿਖਾਈ ਹੈ ਗੁਰੂ ਜੀ ਦੀ ਸ਼ਹਾਦਤ ਨੇ ਆਪਣੇ ਵਿਸ਼ਵਾਸ ਦੀ ਦਵਾਹੀ ਨਾਲ ਆਪਣੇ ਸਿਧਕ ਨਾਲ ਆਪਣੀ ਜਿੰਦ ਵਾਰ ਦਿੱਤੀ ਅਤੇ ਸਿਰ ਨਿਵਾ ਨਹੀਂ ਕੀਤਾ ਅਤੇ ਸਿੱਖੇ ਦੇ ਬੋਦੇ ਨੂੰ ਆਪਣੇ ਖੂਨ ਰੋਪੇ ਪਾਣੀ ਨਾਲ ਸਿੰਜਿਆ ਸੱਚੇ ਬਾਸ਼ਾ ਨੇ ਕਹਿੰਦੇ ਹਨ ਕਿ ਤਤੀ ਤਵਿਤੇ ਗੁਰਰਜਨ ਬੈਠੇ ਤਪਦੇ ਹਿਰਦੇ ਠਾਰਨੂ ਤਤੀ ਤਵਿਤੇ ਗੁਰੂ ਅਰਜਨ ਬੈਠੇ ਤਪ ਦੇ ਹਿਰਦੇ ਠਾਰਨ ਨੂੰ ਨੇਹਾ ਵਿੱਚ ਪਾ ਤਨ ਦੀ ਚਰਬੀ ਨੇਹਾ ਵਿੱਚ ਪਾ ਤਨ ਦੀ ਚਰਬੀ ਸਿੱਖੀ ਮਹਿਲ ਉਸਾਰਨ ਨੂੰ ਸਿੱਖੀ ਮਹਿਲ ਉਸਾਰ ਇਸ ਤਰ੍ਹਾਂ ਕਹਿੰਦੇ ਹਨ ਕਿ ਗੁਰੂ ਜੀ ਦਾ ਜਨਮ ਜਿਹੜਾ ਕਿ 15 ਪੈ 1500 38 ਈਸਵੀ ਨੂੰ ਪਿੰਡ ਗੋਵਿੰਦਵਾਲ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਜੀ ਦੇ ਮਾਤਾ ਜੀ ਬੀਬੀ ਪੰਨੀ ਜੀ ਗੁਰਮਤਾਸੀ ਉਹਨਾਂ ਦੀ ਛੋਟੀ ਸੁਪਤਰੀ ਅਤੇ ਪਿਤਾ ਗੁਰੂ ਰਾਮਦਾਸ ਜੀ ਸੰਗ ਗੁਰੂ ਜੀ ਦਾ ਸਾਰਾ ਬਚਪਨ ਗੁਰੂ ਘਰ ਵਿਖੇ ਅਤੇ ਆਪਣੇ ਨਾਨਾ ਜੀ ਦੇ ਨਾਲ guzreya ਗੁਰੂ ਜੀ ਦਾ ਸੁਭਾਅ ਬਚਪਨ ਤੋਂ ਹੀ ਸ਼ੀਤਲ ਆਗਿਆ ਦੇ ਪਾਲਣ ਕਰਨ ਵਾਲਾ ਸੀ ਆਪਣੇ ਨਾਨਾ ਜੀ ਪਾਸੋਂ ਲਾਡ ਪਿਆਰ ਸਿੱਖਿਆ ਨਾਲ ਹੀ ਬਾਣੀ ਦਾ ਇੰਨਾ ਅਸਰ ਹੋਇਆ ਕਿ ਗੁਰੂ ਜੀ ਅਮਰਦਾਸ ਜੀ ਬਣਾ ਨੇ ਆਪ ਜੀ ਬਾਰੇ ਇੱਕ ਵਰਦ ਦੇ ਸਿੱਟਾ ਇਹਨਾਂ ਨੂੰ ਕਹਿੰਦੇ ਹਨ ਦੋਤਰਾ ਬਾਣੀ ਦਾ ਬੋਤ 11 ਸਾਲ ਕਹਿੰਦੇ ਹਨ ਆਪ ਨਾਨਾ ਜੀ ਦੇ ਰੇਖ ਟੇਕ ਵਿੱਚ ਨਾਉ ਵਿਦਿਆ ਫੌਟ ਸواری ਤੇਰ ਅੰਦਾਜ਼ ਸਭ ਕੁਝ ਸਿੱਖ ਹੈ ਸੋ ਇਸ ਤੇ ਨਾਨਲਾਪਾ ਅੱਜ ਗੱਲ ਕਰਨੀ ਹੈ ਕਿ ਸੱਚੇ ਪਿਤਾ ਨੇ ਇਹ ਜੋ ਸ਼ੀਧੀਆਂ ਪਾਈਆਂ ਹਨ ਇਹਦੇ ਕੀ ਕਾਰਨ ਹਨ ਕਿਉਂ ਪਾਈਆਂ ਸ਼ੀਧੀਆਂ ਕਿਉਂਕਿ ਕਹਿੰਦੇ ਹਨ ਕਿ ਸਿਰਹਰ ਮੰਦਰ ਸਾਹਿਬ ਜਿਹੜਾ ਦਰਬਾਰ ਅੰਮ੍ਰਿਤਸਰ ਹੁਣ ਸਿੱਖਾਂ ਦਾ ਕੇਂਦਰ ਬਣ ਚੁੱਕਾ ਸੀ ਅਤੇ ਸ੍ਰੀ ਆਦ ਗ੍ਰੰਥ ਤਿਆਰ ਕੀਤੇ ਗਏ ਸਨ ਪ੍ਰਕਾਸ਼ ਕੀਤਾ ਗਿਆ ਪਹਿਲੇ ਗ੍ਰੰਥੀ ਬਾਬਾ ਬੁੰਡਾ ਜੀ ਬਣੇ ਹੁਣ ਸੰਗਤਾਂ ਸ਼ਰਦਾਲੂ ਦਰਬਾਰ ਸਹਿ ਵਿੱਚ ਬਹੁਤ ਹਾਜ਼ਰੀ ਵੱਧ ਚੁੱਕੀ ਸੀ ਗੁਰੂ ਜੀ ਮਨੁੱਖਤਾ ਨੂੰ ਲਗਾਤਾਰ ਸੱਚ ਦਾ ਸੰਦੇਸ਼ ਜਾਂ ਦਿੱਤਾ ਜਾ ਰਿਹਾ ਸੀ ਦੋਰੋ ਦੋਰੋ ਸੰਗਤਾਂ ਬਹੁਤ ਆ ਰਹੀਆਂ ਸਨ ਉਸ ਸਮੇਂ ਦੂਸਰੇ ਪਾਸੇ ਦੀ ਗੱਲ ਹੈ ਕਿ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਦਾ ਰਾਜ ਅਵਸਥਾ ਤੇ ਪੁੱਤਰ ਸੀ ਹੁਣ ਗੁਰੂ ਘਰ ਦੀ ਮਹਾਨਤਾ ਮੁਗਲ ਦਰਬਾਰ ਵਿੱਚ ਸੁਣਾਈ ਜਾਂਦੀ ਸੀ ਅਤੇ ਗੁਰੂ ਕਰਦੇ ਵੈਰੀ ਖੂਬ ਨਿੰਦਾ ਕਰਦੇ ਸਨ। ਜਹਾਂਗੀਰ ਗੁਰ ਅਰਜਨ ਦੇਵ ਜੀ ਦੀ ਬਹੁਤ ਈਰਖਾ ਉਹਦੇ ਮਨ ਵਿੱਚ ਪਾ ਗਏ। ਬਹੁਤ ਈਰਖਾ ਕਰਨ ਲੱਗ ਗਿਆ ਸੀ, ਵੈਰ ਕਰਨ ਲੱਗ ਗਿਆ ਸੀ। ਇਸ ਲਈ ਉਸ ਇਸ ਧਰਮ ਦੀ ਉਫੋਲਤਾ ਦੇਖਣਾ ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ। ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਗੁਰੂ ਕਿ ਗੁਰੂ ਦੀ ਐਨੀ ਮਹਿਮਾ ਹੋ ਰਹੀ ਹੈ ਕਿ ਇਸ ਨੂੰ ਅਸੀਂ ਕਿਸ ਤਰ੍ਹਾਂ ਟਾਈਏ। ਇਸ ਨੂੰ ਕਿਸ ਤਰ੍ਹਾਂ ਬੰਦ ਕਰੀਏ ਗੁਰੂ ਦੇ ਮਹਿਮਾ ਨੂੰ ਸੋਇਸਤਰਾ ਨਾਲ ਨਾਲ ਕਹਿੰਦੇ ਹਨ ਕਿ ਕਿਉਂ ਛੇਦ ਕੀਤਾ ਗਿਆ ਇੱਕ ਤਾਂ ਨਿੱਜੀ ਨਫ਼ਰਤ ਪਿੱਥੂਏ ਚੰਦ ਉਹਨਾਂ ਦੇ ਪੜਾਤਾ ਜੀ ਦੂਸਰੀ ਧਾਰਮਿਕ ਨਫ਼ਰਤ ਇਹ ਗੁਰੂ ਘਰ ਐਨੇ ਸੋਹਣੇ ਚੱਲ ਰਹੇ ਹਨ ਕਿਉਂ ਚੱਲ ਰਹੇ ਹਨ ਕਿਉਂਕਿ ਪਹਿਲਾ ਦੁਸ਼ਮਣ ਹੋਰ ਤਾਂ ਵਿੱਚ ਛੋਟਛੋਟੀਆਂ ਸਾਖੀਆਂ ਬਹੁਤ ਹਨ ਪਰ ਆਪਾਂ ਅੱਜ ਗੱਲ ਕਰਨੀ ਹੈ ਸ਼ਹੀਦੀ ਦੀ ਇਹ ਸ਼ਹੀਦੀ ਕਿਸ ਤਰ੍ਹਾਂ ਹੋਏ ਕਿਉਂ ਪਾਈ ਗਈ ਇਹਦੇ ਕਾਰਨ ਸਨ ਕੀ ਕੀ ਕਾਰਨ ਸਨ ਸੋਇਸਤਰਾ ਕਹਿੰਦੇ ਹਨ ਕਿ ਪਹਿਲਾ ਦੁਸ਼ਮਣ ਜਹਾਂਗੀਰ ਕਹਿੰਦਾ ਕਿ ਇਸ ਸਿੱਖ ਪੰਥ ਨੂੰ ਖਤਮ ਕਰ ਦੇਵਾਂ ਕਿਉਂਕਿ ਉਹ ਕਹਿੰਦਾ ਸੀ ਕਿ ਪੰਜਾਂ ਪੁਛਤਾਂ ਤੋਂ ਇਹ ਚੋਟ ਦੀ ਦੁਕਾਨ ਆ ਰਹੀ ਹੈ ਉਹ ਚੋਰ ਸਮਝਦਾ ਸੀ ਸਾਡੀ ਸਿੱਖੀ ਪ੍ਰਚਾਰ ਨੂੰ ਕਹਿੰਦਾ ਸੀ ਇਹ ਜੋ ਪੰਜਾਂ ਪੁਛਤਾਂ ਤੋਂ ਇਹ ਚੋਟ ਦੀ ਦੁਕਾਨ ਇਹਨਾਂ ਸਿੱਖਾਂ ਨੇ ਚਲਾਈ ਹੋਈ ਹੈ ਇਹਨਾਂ ਨੂੰ ਮੈਂ ਜ਼ਿੰਦਾ ਮਾਰ ਦਿਆਂਗਾ ਜ਼ਿੰਦਾ ਮਾਰ ਦਿਆਂਗਾ ਕਿਉਂਕਿ ਇਹ ਦੁਸ਼ਮਣ ਉੱਪਰ ਸਾਰੀ ਦੁਕਾਨ ਵਿੱਚ ਕਹਿੰਦੇ ਹਨ ਕਿ ਪੋਲੇ ਪਾਲੇ ਹਿੰਦੂ ਫਕੀਰ ਸਾਧੂ ਕੀ ਮਸਰਮਾ ਸਾਰੇ ਇੱਥੇ ਜਾਂਦੇ ਸਨ ਅਤੇ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਆਪਣਾ ਇਹਨਾਂ ਨੂੰ ਮੰਨਦੇ ਸਨ ਗੁਰੂ ਮੰਨਦੇ ਸਨ ਪਰ ਗੁਰੂ ਦੇ ਘਰ ਜਿਹੜਾ ਵੀ ਆਇਆ ਸਾਨੂੰ ਪਤਾ ਹੈ ਗੁਰੂ ਘਰ ਕੋਈ ਵੀ ਆ ਜਾਵੇ ਹਿੰਦੂ ਸਿੱਖ ਮੁਸਲਮਾਨ ਸਾਈ ਕਹਿੰਦੇ ਹਨ ਗੁਰੂ ਜੀ ਕੀ ਕਹਿੰਦੇ ਸਨ ਜੋ ਸ਼ਰਨੀ ਆਵੇ ਤੇ ਸਕੰਠ ਲਾਵੇ ਐਬਦ ਸੁਮੀ ਸੰਦਾ ਗੁਰੂ ਜੀ ਦਾ ਇਹ ਹੁਕਮ ਸਦਾ ਜੋ ਜੋ ਗੁਰੂ ਦੇ ਦਰਵਾਜ਼ਾ ਆਵੇ ਜੋ ਸ਼ਰਨੀ ਆਵੇ ਇਸ ਕੰਠ ਲਾਵੇ ਇਹ ਬਿਦ ਸੁਆਮੀ ਸੰਦਾ ਸੁਹੇਸਤਾ ਕਰਦੇ ਕਰਦੇ ਮਤਲਬ ਕਿ ਗੁਰੂ ਅਜਨ ਦੇਵ ਜੀ ਦੇ ਬਹੁਤ ਸ਼ਰਧਾਲੂ ਬਣ ਗਏ ਸਨ ਅਤੇ ਸਭ ਤੋਂ ਵੱਡੀ ਸੱਟ ਸੀ ਜਿਹੜੇ ਕਿ ਮੀਆਂ ਮੀਰ ਜੋ ਕਿ ਗੁਰੂ ਅਜਨ ਸਾਹਿਬ ਜੀ ਨੂੰ ਆਪਣਾ ਮੰਨਦੇ ਸਨ ਗੁਰੂ ਪੀਰ ਮੰਨਦੇ ਸਨ ਇਹ ਵੀ ਇੱਕ ਉਸ ਵੇਲੇ ਮੀਆਂ ਮੀਰ ਕਿਉਂਕਿ ਜਹਾਂਗੀਰ ਨਹੀਂ ਸੀ ਚਾਹੁੰਦਾ ਕਿ ਉਹ ਮੀਆਂ ਮੀਰ ਜਿਹੜਾ ਕਿ ਉਹਨਾਂ ਦਾ প্রচারক সাই સਤ কার হস্থি সে ওনা واسতে ও গুরুজন দেবজি কো ਜਾবে ਪਰ අපਨ ਪਤਾ ਹੈ ਕਿ গুরু মিয়া ਮੇ ਜੀ ਨੇ ਨਹੀਂ ਰੱਖੀ ਸੀ ਅਮਰ ਸਤਿ ਉਹ গুরু ਉਹਨਾਂ ਨਾਲ ਬਹੁਤ ਪਿਆਰ ਕਰਦੇ ਸਨ ਇਸੇ ਕਰਕੇ ਉਹਨਾਂ ਦੀ mohabbat pyar ਦੇਖ ਕੇ ਉਹ ਉਹ ਵੀ ਜੜਦਾ ਸੀ ਕਿ ਸਾਡਾ پیر ਉਧਰ ਕਿਉਂ ਜਾਂਦਾ ਹੈ ਇਸੇ ਨਾਲ ਨਾਲ সખી ਸਰవర్ ਜਿਹੜੇ ਕਿ ਲੋਕ ਦਬਰਾਨੂ ਪੁੱਛਦੇ ਸਨ ਇਸਲਾਮ taraf ਨੂੰ કબੂਲ ਕਰਦੇ ਸਨ ਗੁਰੂ ਜੀ ਨੇ ਉਹ ਕਪੜਾਂ ਜਿਹੜੀਆਂ ਪੋਜਦੇ ਸਨ ਉਹਨਾਂ ਨੂੰ ਵੀ ਹਟਾਇਆ ਉਹਨਾਂ ਨੂੰ ਵੀ ਆਪਣੇ ਨਾਲ ਬਾਣੀ ਗੁਰਬਾਣੀ ਦੇ ਨਾਲ ਲਾਇਆ ਕਿਉਂਕਿ ਇਸ ਦੇ ਵਿੱਚ ਇਸ ਦੱਸਿਆ ਗਿਆ ਇੱਕ ਵਾਰ ਜਿਹੜਾ ਪਾਈ ਮੰਜ ਸੀ ਉਹ ਵੀ ਸਿੱਕੀ ਸਰਵ ਨੂੰ ਮੰਨਦਾ ਸੀ ਪਰ ਇੱਕ ਵਾਰ ਗੁਰੂ ਜੀ ਦੇ ਦਿਦਾਰੇ ਉਸਨੇ ਐਸੇ ਕੀਤੇ ਕਿ ਬਸ ਗੁਰੂ ਦਾ ਹੀ ਬਣ ਗਿਆ ਇੰਨੀ ਸੇਵਾ ਕੀਤੀ ਲੱਕੜਾ ਸਿਰਤੇ ਲੱਕੜਾ ਕੇ ਗੁਰੂ ਘਰ ਦੀਆਂ ਲੰਗਰਾਂ ਵਾਸਤੇ ਲੱਕੜਾ ਲੈਂਦਾ ਸੀ ਖੋਇਚ ਡਿਗਿਆ ਖੋਇਚ ਡਿਗਿਆ ਵੀ ਪਾਣੀ ਚਾਪ ਖੜਾ ਹੈ ਵੱਲਕੜਾ ਸਿੱਤੇ ਰੱਖਿਆ ਹਨ ਕਿਉਂਕਿ ਗੁਰੂ ਦੇ ਲੰਗਰਾਂ ਵਾਸਤੇ ਲੱਕੜਾ ਹਨ ਸੋ ਇਹ ਪਾਈ ਮੱਝ ਜੀ ਜੋ ਸਖੀ ਸਰਵਰ ਨੂੰ ਮੰਦਸਨ ਕਬਰਾਂ ਨੂੰ ਪਹੁੰਚੇ ਸਾਰਾ ਕੁਝ ਜੋ ਵੀ ਪੁੱਜਦਾ ਸੀ ਟਾ ਟੋਕੇ ਗੁਰੂ ਦਾ ਰਾਕੇ ਗੁਰੂ ਦੇ ਪਿਆਰ ਵਿੱਚ ਉਸਨੇ ਗੁਰੂ ਨੂੰ ਪਾ ਲਿਆ ਸਵੈਸਥਾਂ ਕੇ ਦੇਹਣ ਕੇ ਜਿਹੜੇ ਉਸ ਦੇ ਨਾਲ ਤਰੇ ਸਨ ਬਹੁਤ ਲੋਕੀ ਤਰ ਗਏ ਇਸ ਮੱਝ ਦੇ ਨਾਲ ਲੱਗੇ ਸੋ ਜਹਾਂ ਗਏ ਦੇ ਉਧਰੋਂ ਪਿਥਵੀ ਚੰਦ ਸਾਰੇ ਜੋ ਵੀ ਦੁਸ਼ਮਣ ਸਨ ਕੰਨ ਭੜਤੇ ਰਹੇ ਏ ਵੀ ਕਰਨ ਸੀਗਾ ਕਿ ਸਿੱਖੀ ਧਰਮ ਨੂੰ ਖਤਮ ਕਰ ਦੇਣਾ ਕਹਿੰਦੇ ਹਨ ਕਿ ਜੇ ਬਾਗੀਚਾ ਉਜੜ ਗਿਆ ਤਾਂ ਉਸਦਾ ਮਾਲੀ ਵੀ ਨਹੀਂ ਰਹੇਗਾ ਮਾਲੀ ਨਹੀਂ ਰਹੇਗਾ ওই ਜਿਹੜਾ ਬਾਗੀਚਾ ਹੈ ਸਿੱਖੀ ਸਿੱਖਾਂ ਨੂੰ ਮਾਰੋ ਤਾਂ ਗੁਰੂ ਆਪੇ ਮਰ ਜਾਏਗਾ ਇਹ ਜਹਾਂਗੀਰ ਦਾ ਹੁਕਮ ਸੀਗਾ ਕਿ ਇਸ ਤਰ੍ਹਾਂ ਆਪਾਂ ਕਰਨਾ ਹੈ ਪਰ دین ਦੁਨੀਆ ਦੇ ਮਾਲਕ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕਰਨ ਵਾਲੇ ਪਹਿਲਾ ਜਹਾਂਗੀਰ ਦੂਸਰਾ ਸਿੱਖੀ ਸਰ버 ਮਤ ਤੀਸਰਾ ਨਕਸ਼ਬੰਦੀ ਮਤ ਚੌਥਾ ਗੁਰੂ ਗੰਗ ਸਾਹਿਬ ਜੀ ਦੇ ਸੰਤ ਆਪਣਾ ਕਿ ਗੁਰੂ ਗੰਗ ਸਾਹਿਬ ਜੀ ਨੇ ਸੰਤ ਆਪਣਾ ਕਿਤੇ ਗ੍ਰੰਥ ਆਪਣਾ ਅਮਰ ਸਰਵਕੇ ਆਵਾਦਾਂ ਤਾਂ ਛੜਾ ਕੇ ਪ੍ਰਕਾਸ਼ ਕੀਤਾ ਗੁਰੂ ਜੀ ਨੇ ਜਦੋਂ ਤਾਂ ਪ੍ਰਕਾਸ਼ ਕੀਤਾ ਸੀਗਾ ਆਪ ਥੱਲੇ ਚਾਦਰ ਲਾ ਕੇ ਸੌਂਦੇ ਸਨ ਥੱਲੇ ਸੌਂਦੇ ਸਨ ਕਿਉਂਕਿ ਐਨੇ ਨਿਮਰਤਾ ਸੀ ਐਨੇ ਨਿਮਰਤਾ ਐਸਾ ਕਹਿੰਦੇ ਹਨ ਕਿ ਇਸ ਦੇ ਨਾਲ ਇੱਕ ਹੋਰ ਜਿਹੜਾ ਕਿ ਇਸ ਸਹੀ ਦੀ ਦੇ ਕਾਰਨ ਬਣਿਆ ਹੈ ਕਹਿੰਦੇ ਹਨ ਕਿ ਜਿਹੜਾ ਕਿ ਚੰਦੂ ਨੇ اپنی لڑکی ਦਾ ਰਿਸ਼ਤਾ ਕਿਉਂਕਿ ਜਦੋਂ ਲੋਹਾਰ ਤਵਾਇਆ ਸੀ ਲੜਕੀ ਵਾਸਤੇ ਰਿਸ਼ਤਾ ਲੱਭ ਰਿਆ ਸੀ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਖਿਆ ਤਾਂ ਕਹਿੰਦੇ ਇਸ ਤੋਂ ਵਧੀਆ ਹੋਰ ਕੌਣ ਹੋ ਸਕਦਾ ਹੈ ਗੁਰੂ ਅੱਗੇ ਬੇਨਤੀ ਕੀਤੀ ਕਿ ਮੇਰੀ ਲੜਕੀ ਦਾ ਰਿਸ਼ਤਾ ਕਰੋ ਤਾਂ ਗੁਰੂ ਜੀ ਮੰਨ ਗਏ ਪਰ ਇਹ ਜਦੋਂ ਵਾਪਸ ਗਿਆ ਪ੍ਰੋਤਨ ਨੂੰ ਜਾ ਕੇ ਦੱਸਿਆ ਕਿ ਅਸੀਂ ਚੁਬਾਰੇ ਦੇਟ ਮੋਰੀ ਨਾਲ ਆਏ ਹਾਂ ਤਾਂ ਇਹ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਸੰਗਤਾਂ ਨੇ ਬਹੁਤ ਰੋਸ ਕੀਤਾ ਗੁਰੂ ਅੱਗੇ ਬੇਨਤੀ ਕੀਤੀ ਕਿ ਇਹ ਰਿਸ਼ਤਾ ਨਾ ਲਾਓ ਸੋ ਗੁਰੂ ਨੇ ਸੰਗਤਾਂ ਦਾ ਬਚਨ ਮੰਨ ਕੇ ਰਿਸ਼ਤਾ 모ੜ ਦਿੱਤਾ ਸੋ ਇਹ ਵੀ ਇੱਕ ਕਾਰਨ ਸੀਗਾ ਚੰਦੂ ਨੇ ਈਰਖਾ ਕਰਕੇ ਕਿ ਮੇਰੀ ਲੜਕੀ ਨਾਲ ਇਸਨੇ ਗੁਰੂ ਜੀ ਨੇ ਐਸਾ ਕੀਤਾ ਹੋਰ ਵੀ ਈਰਖਾ ਵਧ ਗਈ ਸੋ ਇਹ ਚੰਦੂ ਜਹਾਂਗੀਰ ਪਿਥਵੀ ਚੰਦ ਇਹ ਸਾਰੇ ਇੱਕ ਪਾਸੇ ਰਲ ਕੇ ਗੁਰੂ ਜੀ ਵਿਰੁੱਧ ਇਕੱਠੇ ਇਹਨਾਂ ਨੇ ਮਨਾ ਲਿਆ ਕਿ ਗੁਰੂ ਜੀ ਨੂੰ ਅਸੀਂ ਹੁਣ ਫੜ ਕੇ ਨਾ ਜੋ ਵੀ ਹੈ ਕਤਲ ਕਰ ਦੇਣਾ ਹੈ ਮਾਰ ਦੇਣਾ ਹੈ ਸਿੱਖਾਂ ਦਾ ਇਹ ਪੰਥ ਅਸੀਂ ਮਿਟਾ ਦੇਣਾ ਹੈ ਸੋ ਇਸ ਤਰ੍ਹਾਂ ਕਰਦੇ ਕਰਦੇ ਇਸ ਤਰ੍ਹਾਂ ਕਹਿੰਦੇ ਹਨ ਕਿ ਪੰਜਮ ਪਾਸ਼ਾ ਸੱਚੇ ਪਿਤਾ ਨਾਲ ਇਸ ਤਰ੍ਹਾਂ ਉਹਨਾਂ ਨੇ ਕੀਤਾ ਤੇ ਇਸ ਦੇ ਨਾਲ ਅੱਗੇ ਜਾਂਦੇ ਹਾਂ ਕਹਿੰਦੇ ਹਨ ਕਿ ਸਾਹਿਬ ਸਰਵਰ ਗੁਰ ਚਿੰਦੇਵ ਜੀ ਦੀ ਸ਼ਹੀਦੀ ਦੇ ਇਹ ਜੋ ਕਾਰਨ ਸਨ ਆਪਾਂ ਦੱਸਿਆ ਹੁਣ ਹੁਣ ਕੇ ਇੱਕ ਇਹ ਗੁਰਦੁਆਰੇ ਵਿਖੇ ਲੱਖਾਂ ਕਰੋੜਾਂ ਗਿੰਦੇ ਵਿਸ਼ਵ ਦਾਲੂ ਗੁਰੂ ਸਾਹਿਬ ਦੇ ਸਦਾਲੂ ਬਣੇ ਸੋਇਸਨ ਦਸਵੰਦ ਕੱਢਦੇ ਸਨ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸਨ ਗੁਰੂ ਅਰਜਨ ਦੇਵ ਜੀ ਮਹਿਮਾ ਅਤੇ ਗੁਰਗੱਦੀ ਦੀ ਬਖਸ਼ਿਸ਼ ਉਹ ਜਾਣ ਉਪਰੰਤ ਇਤਿਹਾਸ ਚੰਦ ਬਹੁਤ ਵਿਰੋਧੀ ਹੋ ਗਿਆ ਇਹ ਕਾ ਕਰਨ ਲੱਗਿਆ ਕਿਉਂਕਿ ਗੁਰੂ ਜੀ ਨੂੰ ਗੁਰਗੱਦੀ ਵੀ ਮਿਲ ਗਈ ਸੀ ਇਸ ਦਾ ਇੱਕ ਹੋਰ ਕਾਰਨ ਸੀ ਸੋ ਇਸੇ ਨਾਲ ਚੰਦ ਜਹਾਂਗੀਰ ਮੁਗਲਾਂ ਨਾਲ ਦੋਸਤੀ ਕਰ ਲਈ ਐਨੇ ਦਿਨੀ ਜਹਾਂਗੀਰ ਦਾ ਪੁੱਤਰ ਕਹਿੰਦੇ ਹਨ ਕਿ ਜਹਾਂਗੀਰ ਦਾ ਪੁੱਤਰ ਖੁਸਰੋ ਨੇ ਬਗਾਵਤ ਕੀਤੀ ਅਤੇ ਉਹ ਲਾਹੌਰ ਵੱਲ ਨੂੰ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋਇਆ ਬਿਆਸ ਤੋਂ ਲੰਘਦਿਆ ਸੰਭਵ ਹੈ ਕਿ ਗੁਰੂ ਅਜਨ ਦੇਵ ਜੀ ਨੂੰ ਮਿਲਣ ਵਾਸਤੇ ਗੋਬਿੰਦਵਾਲ ਵੀ ਗਿਆ ਹੋਵੇਗਾ ਅਤੇ ਲੰਗਰ ਵੀ ਛਕਿਆ ਹੋਵੇਗਾ ਅਤੇ ਅਸ਼ੀਰਵਾਦ ਵੀ ਲਿਆ ਹੋਵੇਗਾ ਗੁਰੂ ਤੋਂ ਜਿਸ ਨੂੰ ਖੁਸਰੋ ਨਾਮ ਕਹਿੰਦੇ ਹਨ ਕਿ ਜਿਹੜਾ ਵੀ ਖੁਸਰੋ ਨਾਮ ਮਿਲਿਆ ਜਾਂਗ ਨੂੰ ਪਤਾ ਲੱਗਿਆ ਕਿ ਖੁਸਰੋ ਗੁਰਗੋਬਿੰਦ ਸਿੰਘ ਜੀ ਗੁਰੂ ਅਜਨ ਦੇਵ ਜੀ ਮਹਾਰਾਜ ਕੋਲ ਗਿਆ ਹੈ ਤਾਂ ਉਸ ਨੂੰ ਗੁੱਸਾ ਆ ਗਿਆ ਕਿ ਕਿ ਇਹ ਸਾਡੇ ਬਰਖਲਾਫ ਗੁਰਰਜਨ ਦੇਵ ਜੀ ਨੂੰ ਵੀ ਮੰਨਦਾ ਹੈ ਉਸਨੇ ਕੀ ਕੀਤਾ ਖਸਰੋ ਨੂੰ ਵੀ ਗ੍ਰਿਫਤਾਰ ਕਰ ਲਿਆ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਜਿਹੜਾ ਵੀ ਖਸਰੋ ਦੇ ਨਾਲ ਸੀਗਾ ਇਸੇ ਨਾਲ-ਨਾਲ ਉਸ ਨੂੰ ਕਹਿੰਦਾ ਹੈ ਕਿ ਗੁਰਰਜਨ ਦੇਵ ਜੀ ਮਹਾਰਾਜ ਜੀ ਨੂੰ ਵੀ ਗ੍ਰਿਫਤਾਰ ਕਰ ਕਿਉਂਕਿ ਉਹਨਾਂ ਦੇ ਕੋਲ ਗਿਆ ਸੀਗਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਸਾਰਿਆਂ ਦੇ ਬਸ ਇਹ ਇਹ ਜੋ ਦੋ ਤਿੰਨ ਆਪਾਂ ਦੱਸੇ ਹਨ ਇਹ ਹਨ ਕਰਨ ਕਹਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਬੰਦੀ ਬਣਾ ਕੇ ਲਾਹੌਰ ਲੈ ਕੇ ਹੰਦਾ ਲਾਹੌਰ ਤੁਹਾਨੂੰ ਪਤਾ ਹੈ ਕਿੱਥੇ ਰੱਖਿਆ ਉਹਨਾਂ ਨੇ ਇਹ ਜੋ ਅਗਲੀ ਸਾਖੀ ਆ ਆਪਾਂ ਲਾਹੌਰ ਜਾ ਕੇ ਸੱਚੇ ਪਿਤਾ ਨਾਲ ਜੋ ਜੋ ਕੁਝ ਹੋਇਆ ਹੈ ਉਹ ਬਹੁਤ ਬਹੁਤ ਦੁਖਦਾਇਕ ਹੈ ਕਹਿਣਾ ਵੀ ਸਾਨੂੰ ਕਹਿਣਾ ਸੌਖਾ ਹੈ ਦੇਖਣਾ ਸੌਖਾ ਹੈ ਪਰ ਜੋ ਨਹੀਂ ਪਾਇਆ ਗੁਰੂ ਜੀ ਨੇ ਉਹ ਬਹੁਤ ਬਹੁਤ ਔਖਾ ਹੈ ਭਾਜੀ ਤੁਹਾਡੀ ਇੱਕ ਰਬਈ ਮੈਂ ਇੱਥੇ ਲਿਖੀ ਹੈ ਆਂ ਦੇ ਹਨ ਕੇ ਹਥੇਲੀ ਉੱਤੇ ਜਾਨ ਰੱਖ ਤੁਰੇ ਹਥੇਲੀ ਉੱਤੇ ਜਾਨ ਰੱਖ ਤੁਰੇ ਸੱਚੇ ਗਵਾਹ ਜਿੰਮੀ ਅਸਮਾਨ ਗੁਰੂ ਅਰਜਨ ਪਹੁੰਚੇ ਲਾਹੌਰ ਗੁਰੂ ਅਰਜਨ ਪਹੁੰਚੇ ਲਾਹੌਰ ਖਿੱਚ ਲਿਆ ਸਬਨਾ ਦਾ ਧਿਆਨ ਸਰਬ ਜਰਬ ਦੀ ਹੋਈ ਪਿਆੜੀ ਸ਼ਰੇ ਆਮ ਦੇਖੇ ਸਾਰਾ ਜਹਾਨ ਸੱਚ ਕਦੇ ਨਾ ਸੜਿਆ ਜ਼ਖਮੀ ਸਾੜਨ ਵਾਲਿਆਂ ਦਾ ਨੁਕਸਾਨ ਹਥੇਲੀ ਉੱਤੇ ਜਾਨ ਰਖ ਤੁਰੇ ਸੱਚੇ ਗਵਾ ਜਿੰਮੀ ਅਸਮਾਨ ਗੁਰੂ ਅჯਨ ਪਹੁੰਚੇ ਲਾਹੌਰ ਖਿੱਚ ਲਿਆ ਸਬਨਾ ਦਾ ਧਿਆਨ ਸਰਬ ਜ਼ਬਰ ਦੀ ਹੋਈ ਪੜਾਈ ਸਬਰ ਜ਼ਬਰ ਦੀ ਹੋਈ ਪੜਾਈ ਸ਼ਰੇ ਆਮ ਦੇਖੇ ਸਾਰਾ ਜਹਾਨ ਸੱਚ ਕਦੇ ਨਾ ਸੜਿਆ ਜ਼ਖਮੀ ਸਾੜਨ ਵਾਲਿਆਂ ਦਾ ਨੁਕਸਾਨ ਸਾੜਨ ਵਾਲਿਆਂ ਦਾ ਨੁਕਸਾਨ ਇਹ ਹੈ ਸੱਚੀ ਪਤਾ ਦਾ ਤੱਤੀ ਤਵੀ ਤੇ ਬੈਠਣ ਦਾ ਸਾਨੂੰ ਇਹ ਠੰਡੀਆਂ ਠੰਡੀਆਂ ਛਾਵਾਂ ਜਿਹੜੀਆਂ ਸੱਚੇ ਪਾਸ਼ਾ ਅੱਜ ਕਹਿੰਦੇ ਹਨ ਕਿ ਸ਼ਬੀਲ ਦਿਓ ਸ਼ਬੀਲ ਕਾਦੇ ਵਾਸਤੇ ਵਰਤੋਂਦੇ ਠੰਡ ਵਰਤੋਂਣ ਵਾਸਤੇ ਇਹ ਦੁਨੀਆ ਜਲਦੀ ਹੰਕਾਰ ਦੀ ਸੜੀ ਬਲੀ ਦੁਨੀਆ ਨੂੰ ਠੰਡ ਵਰਤੋਂਣ ਵਾਸਤੇ ਸੱਚੇ ਪਿਤਾ ਨੇ ਪਤਿਆਂ ਦਮਿਆਂ ਤੇ ਬੈਠ ਕੇ ਵੀ ਕੀ ਕਿਹਾ ਸੀ ਸਾਨੂੰ ਪਤਿਆਂ ਤਵੇਂ ਤੇ ਬੈਠ ਕੇ ਵੀ ਇਹ ਉਪਦੇਸ਼ ਦਿੱਤਾ ਸੱਚੇ ਪਿਤਾ ਨੇ ਤੇ ਰਾ ਕੀਆ ਸੱਚੇ ਪਾਸ਼ਾ ਕਹਿੰਦੇ ਹਨ ਹਰ ਕਾ ਨਾਮ ਹਿਰਦੇ ਨਿਤਿਐ ਸੰਗੀ ਸਾਥੀ ਸਗਲਤ ਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸਮਾਲੇ ਤੇਰਾ ਕੀਆ ਮਿੱਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਗੇ ਤੇਰਾ ਕੀਆ ਮਿੱਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਗੇ ਇਹੀ ਮੰਗਿਆ ਸੱਚਾ ਬਖਸ਼ ਕਿ ਹਰ ਨਾਮ ਜਿਹੜਾ ਹੈ ਨਾਮ ਹੀ ਸਹਉਤਾਰ ਸਕਦਾ ਹੈ ਨਾਮ ਹੀ ਤਾਰਦਾ ਹੈ ਨਾਮ ਦੇ ਬਿਨਾ ਸਿਮਰਨ ਤੋਂ ਬਿਨਾ ਇਸ ਜਨ ਵਿੱਚ ਇਹ ਆਤਮ ਦਾ ਕੋਈ ਸਹਾਈ ਨਹੀਂ ਨਾਮ ਹੀ ਤੁਹਾਡਾ ਸਹਾਈ ਹੈ ਹਾਂਜੀ ਬਾਜੀ ਆਓ ਜੀ ਵਾਹ ਜੀ ਵਾਹ ਵਾਹ ਜੀ ਵਾਹ ਸਿੱਖ ਚੈਨਲ ਦੇ ਪਿਆਰੇ ਦਰਸ਼ਕੋ ਪੰਜਵੇਂ ਪਾਤਸ਼ਾਹ ਸਿੱਖ ਕੌਮ ਦੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ 417ਵਾਂ ਸ਼ਹੀਦੀ ਗੁਰਪर्व ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਗੁਰੂ ਜੀ ਦੇ ਲਿਖੇ ਇੱਕ ਸ਼ਬਦ ਦਾ ਆਜੋ ਗਾਇਨ ਕਰ ਲਈਏ ਇਹ ਹਰਮਨ ਪਿਆਰਾ ਸ਼ਬਦ ਦੁਨੀਆ ਦੇ ਕੋਨੇ-ਕੋਨੇ ਵਿੱਚ ਧਰਤੀ ਦੇ ਚੱਪੇ-ਚੱਪੇ ਤੇ ਬੱਚੇ-ਬੱਚੇ ਦੀ ਜ਼ੁਬਾਨ ਤੋਂ ਸੁਣਿਆ ਗਿਆ ਹੈ ਚਤੁਰ ਦਿਸ਼ਾ ਕੀਨੋ ਬਲਿ ਆਪਣਾ ਸਿਰ ਉੱਪਰ ਕਰ ਧਾਰਿਓ ਦਾ ਲਾਰਡ ਹੈਜ਼ ਐਕਸਟੈਂਡਡ ਹਿਸ ਮਾਈਟ ਇਨ ਦਾ ਫੋਰ ਡਾਇਰੈਕਸ਼ਨਸ ਐਂਡ ਹੀ ਹੈਜ਼ ਪੁਟ ਹਿਸ ਹੈਂਡ ਔਨ ਮਾਈ ਹਾਈਟ ਰਿਪਾ ਕਟਾ ਬਲੋ ਕਨ ਕੀਨੋ ਦਾਸ ਕਾ ਦੁਖ ਬਿਦਾਰਿਓ Beholding with his eye of mercy, he has dispelled the pains of his slave. Harjanara rakhe gur God's serf, the guru god, have saved. gun avgun sabamete dayal purkha bakshand, rahav. me to his bosom, the compassionate and forgiving Lord has what of. all my senses pause jo mangar thakre apne te soi soi dewa whatever i ask of my lord exactly that he bless me with nanak das mukte jo bola iha unha sach hove whatever the lord sleeve nanak utters with his mouth proves true prove both ਹियर ਐਂਡ ਹਿਅਰ ਆਫਟਰ ਬ੍ਰਾਡਫੋਰਡ ਵਿੱਚ ਸਿੱਖ ਚੈਨਲ ਦੇ 빅 ਫੈਨ ਸ਼੍ਰੀ ਅਸ਼ਵਨੀ ਕਲੇਰ ਜੀ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਸਭ ਧਰਮਾਂ ਤੇ ਜਾਤਾਂ ਦੇ ਭਗਤਾਂ 11 ਵਿਦਵਾਨ ਪਟਾਂ ਤੇ ਸਿੱਖਾਂ ਦੀ ਬਾਣੀ ਨੂੰ ਆਪਣੇ ਬਰਾਬਰ ਸਨਮਾਨ ਦੇਣ ਵਾਲੇ ਹਨ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਭਾਈ ਵਾਹ ਹੁਣ ਦੂਜੇ ਹਿੱਸੇ ਵਿੱਚ ਅਸੀਂ ਵਿਚਾਰ ਕਰਾਂਗੇ ਕਿ ਗੁਰੂ ਜੀ ਦੇ ਵਿਰੋਧੀ ਕੌਣ-ਕੌਣ ਸਨ ਅਤੇ ਵਿਰੋਧਤਾ ਦੇ ਕੀ ਕਾਰਨ ਸਨ ਮੇਬੀ ਤੁਸੀਂ ਸੋਚਦੇ ਹੋਵੋਗੇ ਕਿ ਐਸੇ ਨੇਕ ਇਨਸਾਨੀਅਤ ਦੀ ਮੂਰਤ ਸ਼ਾਂਤੀ ਦੇ ਪੁੰਜ ਗੁਰੂ ਜੀ ਦੇ ਵਿਰੋਧੀ ਵੀ ਹੋ ਸਕਦੇ ਹਨ ਹਾਂਜੀ ਇੱਕ ਤਰਫਾ ਹੋ ਸਕਦੇ ਹਨ ਜਿਵੇਂ ਇੱਕ ਤਰਫਾ ਪਿਆਰ ਹੋ ਸਕਦਾ ਹੈ ਉਸੇ ਤਰ੍ਹਾਂ ਇੱਕ ਤਰਫਾ ਦੁਸ਼ਮਣੀ ਵੀ ਹੋ ਸਕਦੀ ਹੈ ਇਹ ਆਲਮਗੀਰ ਸਚਾਈ ਹੈ ਦੁਨੀਆਦਾਰੀ ਅਸੂਲ ਹੈ ਕਿ ਜਦੋਂ ਵੀ ਕੋਈ ਮਨੁੱਖ ਆਮ ਤੋਂ ਖਾਸ ਬਣਦਾ ਹੈ ਵਿਅਕਤੀ ਵਿਸ਼ੇਸ਼ ਜਾਂ ਮਹਾਨ ਹਸਤੀ ਗ੍ਰੇਟ ਪਰਸਨੈਲਿਟੀ ਬਣਦਾ ਹੈ ਤਾਂ ਦੁਨੀਆ ਡਟ ਕੇ ਵਿਰੋਧ ਕਰਦੀ ਹੈ ਨੀਚਾ ਦਿਖਾਉਣਾ ਚਾਹੁੰਦੀ ਹੈ ਦੂਜੇ ਪਾਸੇ ਆਨ ਦੀ ਅਦਰ ਹੈਂਡ ਤੁਸੀਂ ਤਜਰਬਾ ਕੀਤਾ ਹੋ ਕਿ ਵਿਰੋਧਤਾ ਹੁੰਦੀ ਹੀ ਉਹਦੀ ਹੈ ਜਿਹੜਾ ਮਸ਼ਹੂਰ ਉਹ ਮਾਰੂਫ ਹੋਏ ਤੁਸੀਂ ਆਪ ਹੀ ਦੱਸੋ ਕਿ ਮਾਤੜ ਸਾਥੀ ਦੀ ਕੀ ਵਿਰੋਧਤਾ ਹੋ ਦਾਤੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਹੀ ਪਾਸੇ ਦੁਨੀਆ ਜੇ ਵਾਸਤੇ ਚੱਲੇ ਤਾਂ ਸੱਚ ਨੂੰ ਫਾਂਸੀ ਦਿੰਦੀ ਹੈ ਰੱਬ ਦੇ ਸੱਚਾ ਸ਼ਖ ਮਨਸੂਰ ਨੂੰ ਸੂਲੀ ਉੱਤੇ ਲਟਕਾਉਂਦੀ ਹੈ ਰੱਬ ਦੇ ਪੁੱਤਰ ਜੀਜ਼ਸ ਕ੍ਰਾਈਸਟ ਨੂੰ ਸੂਲੀ ਉੱਤੇ ਟੰਗ ਕੇ ਖੁਸ਼ ਹੁੰਦੀ ਹੈ ਨੰਬਰ 1 ਗੁਰੂ ਜੀ ਦੀ ਪਹਿਲੀ ਵਿਰੋਧਤਾ ਵੱਡੇ ਭਰਾ ਪ੍ਰਥਿਆਜੀਤ ਤੋਂ ਹੋਈ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਮਰਿਆਦਾ ਅਨਸਾਰ ਗੁਰਗੱਦੀ ਵਿਰਾਸਤ ਨਹੀਂ ਸੀ ਸੋ ਵੱਡੇ ਬੇਟੇ ਪ੍ਰਥਿਆਜੀ ਨੂੰ ਮਿਲਦੀ ਜੋ ਵੱਡੇ ਬੇਟੇ ਪ੍ਰਥਿਆਜੀ ਨੂੰ ਮਿਲਦੀ ਗੁਰਗੱਦੀ ਪਹਿਲੇ ਦਿਨ ਤੋਂ ਹੀ ਯੋਗ ਲਾਇਕ ਤੇ ਕਾਬਲ ਜਾਨਸ਼ੀਨ ਸਕੈਸਰ ਨੂੰ ਮਿਲਦੀ ਰਹੀ ਇਸੇ ਕਸਵਟੀ ਯਾਨੀ ਕ੍ਰਾਈਟੇਰੀਅਨ ਅਨਸਾਰ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਤੇ ਪ੍ਰਥੀਆ ਵੱਡਾ ਭਰਾ ਪ੍ਰਥੀਆ ਸਖਤ ਵਿਰੋਧੀ ਹੋ ਗਿਆ ਇਵਨ ਜਾਨੀ ਦੁਸ਼ਮਣ ਬਣ ਗਿਆ ਨੰਬਰ 2 ਗੁਰੂ ਜੀ ਪਰਉਪਕਾਰੀ ਵਿਲੱਖਣ ਸ਼ਖਸੀਅਤ ਲੋਕਪ੍ਰਿਅਤਾ ਰੋਹਾਨੀ ਇਲਮ ਦੀ ਤਾਕਤ ਅਨੋਖੀਆਂ ਆਦਾਵਾਂ ਨਿਆਰੀਆਂ ਗੱਲਾਂ ਤੇ ਨਜ਼ਾਕਤਾਂ ਅੰਮ੍ਰਿਤਸਰ ਦਾ ਸ਼ਿੰਗਾਰ ਜਨ ਤੱਕ ਦਿਲਾਂ ਦੇ ਮਹਿਰਮ ਸਿੱਖੀ ਚੜ੍ਹਦੀ ਕਲਾ ਯਾਨੀ ਯੂਨੀਅਨ ਇਸ ਸਟਰੈਂਥ ਯਾਨੀ ਜਮਾਤ ਕਰਾਮਤਵੀ ਸਿੱਖੀ ਦੇ ਵਿਰੋਧੀਆਂ ਕੋਲੋਂ ਬਰਦਾਸ਼ਤ ਨਹੀਂ ਹੋਈ ਸ਼੍ਰੀ ਦਰਬਾਰ ਸਾਹਿਬ ਕਾਬਲ ਕੰਧਾਰ ਤੇ ਬਰਹਾਨਪੁਰ ਤੋਂ ਬੰਬੇ ਦੇ ਕੋਲ ਸੰਗਤਾਂ ਆਉਂਦੀਆਂ ਸਨ ਸਿੱਖੀ ਸ਼ਾਨ ਦੀ ਗੱਡੀ ਅੰਬਰਾ ਨੂੰ ਛੋ ਰਹੀ ਸੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਵਿੱਚ ਦਸਵੰਦ ਦੇਣ ਦੀ ਪਰੰਪਰਾ ਇੱਕ ਨਵੀਂ ਟਰੈਡੀਸ਼ਨ ਚਾਲੂ ਕਰਕੇ ਸਿੱਖੀ ਨੂੰ ਬਹੁਤ ਅਰੂਸ ਤੱਕ ਰਕੀ ਤੇ ਕਾਮਯਾਬੀ ਦਿੱਤੀ ਜੋ ਖিলাਫਤ ਕਰਨ ਵਾਲਿਆਂ ਕੋਲੋਂ ਜ਼ਰਾ ਵੀ ਜਰੀ ਨਹੀਂ ਗਈ ਸੋਹਣੀ ਸੂਰਤ ਬਹੁਤ ਮਲੂਕ ਦッセ ਦਾਣਿਸ਼ ਅਕਲ ਦੀ ਗੱਲ ਵਿਚਾਰਦਾ ਏ ਸੋਹਣੀ ਸੂਰਤ ਬਹੁਤ ਮਲੂਕ ਦッセ ਦਾਣਿਸ਼ ਅਕਲ ਦੀ ਗੱਲ ਵਿਚਾਰਦਾ ਏ ਵਾਰਿਸ ਜਿਨ੍ਹਾਂ ਨੂੰ ਤਾਂਗ ਨਾ ਹੋਰ ਕੋਈ ਰੱਬ ਤਿਨਾਂ ਦੇ ਕਾਜ ਸੁਵਾਰਦਾ ਏ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਕਿਰਤ ਜੋ ਸਾਰੀ ਦੁਨੀਆ ਵਿੱਚ ਅੱਜ ਜਾਣੀ ਜਾਂਦੀ ਹਾਏ ਉਹਦੇ ਬਾਰੇ ਕਦੇ 7000 ਜ਼ਖਮੀ ਰੁਬਾਈਆਂ ਨਾਂ ਦੀ ਛਪ ਚੁੱਕੀ ਕਿਤਾਬ ਵਿੱਚ ਇਹ ਰੁਬਾਈ ਸੋ ਸ਼ੋਭਤ ਹਾਏ ਛੱਬ ਤੇਰੀ ਦੀ ਗੱਲ ਕੀ ਅੱਖਾਂ ਐਸੋਂ ਸੁਨਹਿਰੀ ਮੰਦਰ ਜਿਹੜੇ ਰੱਬ ਨੂੰ ਲੱਭਦੀ ਦੁਨੀਆ ਵਾਸਾ ਤੇਰੇ ਦਿਲ ਅੰਦਰ ਕੋਈ ਨਾ ਤੇਰਾ ਸਾਨੀ ਡੇਠਾ ਤਰਤ ਪਾਤਾਲ ਅਤੇ ਗਗਨੰਦਰ ਰੱਬ ਨੇ ਆਪ ਬਣਾਇਆ ਜ਼ਖਮੀ ਐ ਸਾਹਿਬ ਹਰਿਮੰਦਰ ਨੰਬਰ 3 ਤੇ ਸੰਸਾਰ ਦਾ ਇਤਿਹਾਸ ਦਾ ਵਰਕ ਫਰੋਲੀਏ ਤਾਕ ਤੋਜ਼ਕ ਜਹਾਂਗੀਰ ਨਾਂ ਦੀ ਕਿਤਾਬ ਫਾਰਸੀ ਅੱਖਰਾਂ ਵਿੱਚ ਜੋ ਬਾਦਸ਼ਾਹ ਜਹਾਂਗੀਰ ਨੇ ਲਿਖੀ ਹੈ ਉਹ ਸਾਨੂੰ ਮਿਲੀ ਆ ਤੁਰਕੀ ਸ਼ਬਦ ਦੇ ਤੁਰਕੀ ਬੋਲੀ ਦੇ ਸ਼ਬਦ ਤੋਜ਼ਕ ਦਾ ਮਤਲਬ ਹੈ ਸ਼ੋਭਾ ਸੋ ਤੋਜ਼ਕ ਜਹਾਂਗੀਰ ਦਾ ਮਤਲਬ ਹੈ ਜਹਾਂਗੀਰ ਦੀ ਸ਼ੋਭਾ ਇਸ ਕਿਤਾਬ ਵਿੱਚ ਇਸ ਗੱਲ ਦੀ ਕਲੀਅਰ ਚਿੱਟੇ ਦਿਨ ਵਰਗੀ ਗਵਾਹੀ ਮੌਜੂਦ ਹੈ ਕਿ ਗੁਰੂ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਕੀ ਸੀ ਆਓ ਐਸ ਰੈਫਰੈਂਸ ਸਿਕ 스ਕਾਲਰ ਅਤੇ ਹਿਸਟੋਰੀਅਨ ਡਾਕਟਰ ਗੰਡਾ ਸਿੰਘ ਜੀ ਦਾ ਫਾਰਸੀ ਜ਼ਬਾਨ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਕੀਤਾ ਤੁਜ਼ਕ ਜਹਾਂਗੀਰ ਕਿਤਾਬ ਦਾ ਇਹ ਤਜ਼ਕਰਾ ਇਬਾਰਤ ਯਾਨੀ ਪੈਰਾਗ੍ਰਾਫ ਪੜ੍ਹੀਏ ਜਿਸ ਵਿੱਚ ਮੁਗਲ ਬਾਦਸ਼ਾਹ ਜਹਾਂਗੀਰ ਲਿਖਦਾ ਹੈ So many of the simple minded Hindus, nay, many foolish Muslims too, had been fascinated by his ways and teachings. He was noised about as a religious and worldly leader. They called him Guru, and from all directions, crowds of people would come to him and express great devotion to him this busy traffic had been carried on for three or four generations. For many years the thought had been presenting itself to my mind either I should put an end to this false traffic or that he should be brought within the hold of Islam. A. the Jahangir ਜੋ ਫਾਰਸੀ ਵਿੱਚ ਹਨ ਉਹਨਾਂ ਨੂੰ ਡਾਕਟਰ ਗੰਡਾ ਸਿੰਘ ਜੀ ਨੇ ਟ੍ਰਾਂਸਲੇਸ਼ਨ ਕੀਤਾ ਹੈ ਜੇ ਪੰਜਾਬੀ ਵਿੱਚ ਮੈਂ ਇਹਦੀ ਗੱਲ ਕਰੀ ਦਿਨਾ ਸੰਖੇਪ ਵਿੱਚ ਬਹੁਤ ਸਾਰੇ ਭੋਲੇ ਭਾਲੇ ਹਿੰਦੂ ਬਲਕਿ ਕਈ ਬੇਜਸਮਝ ਮੁਸਲਮਾਨ ਉਸ ਦੀ ਰਹਿਣੀ ਕਹਿਣੀ ਅਤੇ ਸਿੱਖਿਆ ਉੱਤੇ ਮੋਹਿਤ ਹੋਏ ਹੋਏ ਸਨ ਧਾਰਮਕ ਅਤੇ ਦੁਨੀਆਦਾਰ ਆਗੂ ਦੇ ਤੌਰ ਤੇ ਉਸ ਦੀ ਬੜੀ ਮਸ਼ਹੂਰੀ ਫੈਲੀ ਹੋਈ ਸੀ ਮੋਗਲ ਬਾਦਸ਼ਾਹ ਜਹਾਂਗੀਰ ਲਿਖ ਰਿਹਾ ਹੈ ਉਸ ਨੂੰ ਗੁਰੂ ਗੁਰੂ ਕਰਕੇ ਪੁਕਾਰਦੇ ਸਨ ਅਤੇ ਹਰ ਪਾਸਿਓਂ ਲੋਕਾਂ ਦੇ ਗਰੋ ਯਾਨੀ ਗਰੂਪਸ ਉਸ ਦੇ ਪਾਸ ਆਉਂਦੇ ਅਤੇ ਬਹੁਤ ਨਿਸ਼ਚਾ ਭਰੋਸਾ ਜ਼ਾਹਿਰ ਕਰਦੇ ਸਨ ਇਹ ਗਰਮ ਬਸਾਰੀ ਤਿੰਨ ਚਾਰ ਪੁਸਤਕਾਂ ਤੋਂ ਜਾਰੀ ਸੀ ਮੁੱਜਤਾ ਤੋਂ ਇਹ ਖਿਆਲ ਮੇਰੇ ਦਿਲ ਵਿੱਚ ਆਉਂਦਾ ਰਿਹਾ ਸੀ ਕਿ ਜਾਂ ਤਾਂ ਇਸ ਝੂਠੀ ਦੁਕਾਨ ਨੂੰ ਦੇਖੋ ਗੁਰੂ ਨਾਨਕ ਦੇ ਘਰ ਨੂੰ ਉਹ ਝੂਠੀ ਦੁਕਾਨ ਲਿਖ ਰਿਹਾ ਹੈ ਝੂਠੀ ਦੁਕਾਨ ਨੂੰ ਬੰਦ ਕਰ ਦੇਓ ਜਾਂ ਉਸ ਨੂੰ ਇਸਲਾਮ ਧਰਮ ਦੇ ਸਮਾਜ ਵਿੱਚ ਲੈ ਆਵਾਂ ਇਸ ਲਿਖਤੀ ਪੈਰਾਗ੍ਰਾਫ ਨੇ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਇੱਕ ਮਜ਼ਹਬ ਖਾਸ ਕਰਕੇ ਹਕੂਮਤ ਫਿਰਕੂ ਬਣ ਜਾਵੇ ਤਾਂ ਉਸ ਵਿੱਚ ਕੀ ਕੀ ਨੁਕਸ ਆ ਜਾਂਦੇ ਹਨ ਨੰਬਰ 4 ਜਿੱਥੇ ਮੁੱਲਾ ਅਤੇ ਮੋਲਾਣੇ ਸਿੱਖੀ ਦੀ ਚੜ੍ਹਤ ਤੋਂ ਡਾਢੇ ਦੁਖੀ ਸਨ ਉੱਥੇ ਜਿਨ੍ਹਾਂ ਸ਼ਾਇਰਾਂ ਦੀ ਸ਼ਾਇਰੀ ਸ੍ਰੀ ਆਦ ਗ੍ਰੰਥ ਵਿੱਚ ਦਰਜ ਨਹੀਂ ਸੀ ਹੋ ਸਕੀ ਉਹ ਚਾਰੇ ਛਜੂ ਪਗਤ ਕਾਨਾ ਪੀਲੂ ਅਤੇ ਸ਼ਾਹ ਹੁਸੈਨ ਗੁਰੂ ਜੀ ਦੇ ਵਿਰੋਧੀ ਬਣ ਗਏ ਇੱਥੇ ਬਸ ਨਹੀਂ ਲਾਹੌਰ ਦਾ ਗਵਰਨਰ ਮੁਰਤਜ਼ਾ ਖਾਨ ਅਤੇ ਸ਼ੇਖ ਅਹਿਮਦ ਸਰਹੰਦੀ ਵੀ ਗੁਰੂ ਜੀ ਦੀਆਂ ਬੇਸ਼ੁਮਾਰ ਚੜਤਾਂ ਨੂੰ ਦੇਖ ਕੇ ਤਰਲੋ ਮੱਛੀ ਹੋ ਰਹੇ ਸਨ ਉਹ ਗੁਰੂ ਜੀ ਨੂੰ ਇਸਲਾਮ ਦੇ ਵਾਅਦੇ ਵਿੱਚ ਰੁਕਾਵਟ ਸਮੇ ਦੇ ਸੰਭਲ ਨੰਬਰ 5 ਸਿੱਖ ਇਤਿਹਾਸ ਇਸ ਗੱਲ ਦੀ ਵੀ ਚਰਚਾ ਕਰਦਾ ਹੈ ਕਿ ਗੁਰੂ ਘਰ ਦਾ ਪੁਜੋਿਤ ਲਾਹੌਰ ਦੇ ਵਜ਼ੀਰ ਚੰਦੂ ਦੀ ਪੁੱਤਰੀ ਸਦਾ ਕੌਰ ਦਾ ਰਿਸ਼ਤਾ ਸਦਾ ਕੁਮਰ ਦਾ ਰਿਸ਼ਤਾ ਗੁਰੂ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਜੀ ਨਾਲ ਕਰਿਆ ਆ ਜਦੋਂ ਚੰਦੂ ਨੂੰ ਪਤਾ ਲੱਗਾ ਤਾਂ ਉਹਨੇ ਹੰਕਾਰ ਵਸ ਹੋ ਕੇ ਕਿਹਾ ਪੁਜੋਿਤ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਓ ਸੰਗਤਾ ਨੇ ਇਸ ਦੇ ਅਦਬੀ ਦਾ ਬੁਰਾ ਮਨਾਇਆ ਤੇ ਗੁਰੂ ਜੀ ਨੂੰ ਕਹਿ ਕੇ ਰਿਸ਼ਤੇ ਨੂੰ ਨਾ ਕਰਵਾ ਦਿੱਤੀ ਜਿਸ ਤੋਂ ਚੰਦੂ ਵੀ ਗੁਰੂ ਜੀ ਦਾ ਵੈਰੀ ਬਣ ਗਿਆ ਨੰਬਰ 6 ਤਵਾਰੀ ਗਵਾਹ ਹੈ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਖੁਸਰੋ ਆਪਣੇ ਬਾਪ ਨਾਲ ਨਾਰਾਜ਼ ਹੋ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਇਆ ਜਿੱਥੇ ਗੁਰੂ ਜੀ ਨੇ ਸੁਭਾਵਕ ਹੀ ਉਸ ਨੂੰ ਅਸ਼ੀਰਵਾਦ ਦਿੱਤਾ ਜਹਾਂਗੀਰ ਨੇ ਇਸ ਬਾਤ ਦਾ ਬਤੰਗੜ ਬਣਾ ਦਿੱਤਾ ਕਿ ਗੁਰੂ ਜੀ ਨੇ ਬਾਗੀ ਖੁਸਰੋ ਦੀ ਮਦਦ ਕੀਤੀ ਹੈ ਨੰਬਰ 7 ਸ਼ੇਖ ਮੁਹੰਮਦ ਮਹਸਨ ਫਾਨੀ ਇੱਕ ਰਾਈਟਰ ਹੈ 1645 1645 ਵਿੱਚ ਉਹਨੇ ਆਪਣੀ ਇੱਕ ਫਾਰਸੀ ਦੀ ਕਿਤਾਬ ਲਿਖੀ ਹੈ ਉਹ ਵੀ ਸਾਡੀ ਨਜ਼ਰ ਵਿੱਚ ਚਾਹੀਏ ਕਿਤਾਬ ਦਾ ਨਾਮ ਹੈ ਦਬਿਸਤਾਨੇ ਮਜ਼ਾਹਿਬ ਉਹਦੇ ਸਫਾ ਨੰਬਰ 233 ਤੇ ਇਸ ਲੇਖਕ ਨੇ ਲਿਖਿਆ ਹੈ ਹਰੇਕ ਗੁਰੂ ਜਾਮੇ ਵਿੱਚ ਸਿੱਖਾਂ ਦੀ ਗਿਣਤੀ ਵਧਦੀ ਗਈ ਗੁਰੂ ਅਰਜਨ ਦੇਵ ਜੀ ਤੱਕ ਇਹ ਗਿਣਤੀ ਬਹੁਤ ਵੱਧ ਗਈ ਸੀ ਗੁਰੂ ਜੀ ਨੇ ਆਪਣੇ ਧਰਮ ਵਾਸਤੇ ਸਿਧਾਂਤ ਵਾਸਤੇ ਅਸੂਲ ਵਾਸਤੇ ਸ਼ਖਸੀ ਆਜ਼ਾਦੀ ਵਾਸਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਆਪਣੀ ਆਜ਼ਾਦੀ ਕੋ ਹਮ ਹਰ ਕਿਸ ਮਿਟਾ ਸਕਤੇ ਨਹੀਂ ਸਰ ਕਟਾ ਸਕਤੇ ਹਨ ਲੇਕਿਨ ਸਰ ਝੁਕਾ ਸਕਤੇ ਨਹੀਂ ਗੁਰੂ ਅਰਜਨ ਦੇਵ ਜੀ ਨੇ ਪਿਪਲਾ ਬੋੜਾ ਸੱਪਾਂ ਤੇ ਭਾਈ ਮੰਜ ਜੀ ਵਰਗੇ ਸਖੀ ਸਰਵਰ ਦੀਆਂ ਕਬਰਾਂ ਪੂਜਣ ਵਾਲੇ ਅਧ ਵਿਸ਼ਵਾਸੀ ਭਾਰਤੀਆਂ ਨੂੰ ਆਪਣੀਆਂ ਇਨਕਲਾਬੀ ਕਰਨੀਆਂ ਸਰਗਰਮੀਆਂ ਅਤੇ ਐਕਟੀਵਿਟੀਆਂ ਦੇ ਨਾਲ ਲੋਕਾਂ ਦੀ ਜ਼ਮੀਰ ਨੂੰ ਜਗਾਇਆ ਗੁਰੂ ਨਾਨਕ ਦੇਵ ਜੀ ਦੇ ਲਾਏ ਸਿੱਖੀ ਦੇ ਪੌਦੇ ਦੀ ਗੁਰੂ ਜੀ ਨੇ ਬੜੇ ਜੋਸ਼ ਖਰੋਸ਼ ਨਾਲ ਵੇ ਮਿਸਾਲ ਬਹਾਦਰੀ ਨਾਲ ਪਾਲਣਾ ਕੀਤੀ ਤੇ ਅਖੀਰ ਲੋੜ ਭੈਣ ਤੇ ਆਪਣੇ ਜਿਸਮ ਦਾ ਖੂਨ ਵੀ ਇਸ ਬੂਟੇ ਦੀਆਂ ਜੜ੍ਹਾਂ ਵਿੱਚ ਪਾ ਕੇ ਇਹਨੂੰ ਕਿਆਮਤ ਤੱਕ ਸਲਾਮਤ ਕਰ ਦਿੱਤਾ ਗੁਰੂ ਜੀ ਦਾ ਨਿਸ਼ਾਨਾ ਮੰਜ਼ਲੇ ਮਕਸੂਦ ਸੀ ਸਿੱਖ ਨੂੰ ਸੰਪੂਰਨ ਮਨੁੱਖ ਬਣਾਉਣਾ ਇਸ ਵਾਸਤੇ ਉਹਨਾਂ ਨੇ ਜਾਨ ਤੋੜ ਕੇ ਜਦوجਾਦ ਤੇ ਸਾਰੀ ਜ਼ਿੰਦਗੀ ਲੰਮਾ ਸੰਘਰਸ਼ ਕੀਤਾ ਗੁਰੂ ਜੀ ਦੀਆਂ ਉਹ ਸਾਰੀ ਗਤ ਉਹ ਸਾਰੂ ਗਤੀਵਿਧੀਆਂ ਖੂਬੀਆਂ ਤੇ ਇਨਸਾਨੀਅਤ ਦੇ ਗੁਣ ਇੰਨੇ ਪਰਬਲ ਤੇ ਝੜਲੇਦਾਰ ਹਨ ਜੇ ਨੋ ਦੇਖ ਕੇ ਮਾਲੂ ਮੱਲੀ ਸਿਰ ਝੁਕ ਜਾਂਦਾ ਹੈ ਕੋਇਡਸ ਆਰ ਬਵਨ ਦੇ ਅਖਾਣ ਅਨਸਾਰ ਗੁਰੂ ਅਰਜਨ ਦੇਵ ਜੀ ਜਨਮ ਤੋਂ ਹੀ ਸ਼ਾਇਰ ਸਨ ਨਾਨਾ ਗੁਰੂ ਗੁਰੂ ਅਮਰਦਾਸ ਜੀ ਦੇ ਵਰਦਾਨ ਦੋਹਿਤਾ ਬਾਣੀ ਕਾ ਬੋਹਿਤਾ ਦੇ ਮੁਤਾਬਕ ਗੁਰੂ ਜੀ ਦੀਆਂ ਸਰਬਉਤਮ ਕਰਨੀਆਂ ਨੂੰ ਦੇਖ ਕੇ ਸਿੱਖ ਕੌਮ ਦਾ ਸਿਰ ਅੱਜ ਵੀ ਮਾਣ ਨਾਲ ਫਖਰ ਨਾਲ ਉੱਚਾ ਹੋ ਜਾਂਦਾ ਹੈ ਹਾਂ ਜੀ ਬੰਨ ਜੀ ਭਾਜੀ ਇਹ ਜੋ ਸਾਰੇ ਕਾਰਨ ਇਰਖਾ ਦੇ ਨਾਲ ਭਰੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ ਪਰ ਲਾਹੌਰ ਜਾਣ ਤੋਂ ਪਹਿਲਾਂ ਗੁਰੂ ਜੀ ਨੇ ਗੁਰ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਗਏ ਸਨ ਸੋ ਕਹਿੰਦੇ ਹਨ ਕਿ ਲਾਹੌਰ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਪਰ ਆਪ ਜਾਂਗੇ ਜੋ ਕਿ ਪਸ਼ਾਵਰ ਵਾਲ ਜਾਣਾ ਜਾਣਾ ਪਿਆ ਉਸ ਨੂੰ ਉਸ ਦੀ ਗੈਰ ਹਸਰੀ ਵਿੱਚ ਜਾਖਾਨ ਨੇ ਇਹ ਨਿਰਦੇਖ ਕੰਮ ਲਈ ਦੀਵਾਨ ਚੰਦ ਨੂੰ ਲਾ ਦਿੱਤਾ ਦੀਵਾਨ ਚੰਦ ਉਹ ਤਾਂ ਅੱਗੇ ਹੀ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਉਹ ਕਿਸ ਤਰ੍ਹਾਂ ਤਸੀਹੇ ਦੇ ਦੇ ਕੇ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਮੁਕਾ ਦੇਵੇ ਕਹਿੰਦੇ ਹਨ ਕਿ ਉਸ ਦੀ ਇਹ ਜੋ ਏਕਾ ਇਹ ਨਾਰਾਜ਼ਗੀ ਇਦਾਂ ਭਰਿਆ ਹੋਇਆ ਸੀ ਉਹ ਜ਼ਹਿਰ ਨਾਲ ਭਰਿਆ ਹੋਇਆ ਸੀ ਕਿ ਉਸਨੇ ਅਸਹਿ ਤੇ ਅਥਾ ਅਸਹਿ ਤੇ ਅਕੇ ਸਹੀ ਹਿੱਦੀ ਤੇ ਇੱਥੇ ਕਹਿੰਦੇ ਹਨ ਕਿ ਲਾਲ ਕੋਈ ਆ ਜਿਹੜੇ ਕਿ ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਹਨ ਕਿਉਂਕਿ ਅਸੀਂ ਜਦੋਂ ਨਰਕਾ ਦਾ ਸੱਬ ਦੇ ਦਰਸ਼ਨਾਂ ਨੂੰ ਗਏ ਸਨ ਡੇਰਾ ਸਾਹਿਬ ਜਿਹੜਾ ਕਿ ਗੁਰਦੁਆਰਾ ਸੱਚੇ ਪਾਤਸ਼ਾਹ ਦੀ ਜਿਹੜਾ ਸਥਾਨ ਹੈ ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਨਾਲੇ ਰਾਹ ਵੀ ਚੱਲ ਰਹੀ ਹੈ ਉੱਥੇ ਅਸੀਂ ਦੋ ਰਾਤਾਂ ਰਹੇ ਸੀ ਪਰ ਉਹ ਜੋ ਆਨੰਦ ਉੱਥੇ ਜਾ ਕੇ ਹੈ ਉਹ ਜਿਹੜਾ ਆਪਣਾ ਦਿਲ ਧੜਕਣ ਲੱਗ ਜਾਂਦਾ ਹੈ ਜਦੋਂ ਉਹ ਜਗ੍ਹਾ ਤੇ ਜਾ ਕੇ ਸੀ ਸੀਸ ਆਪਣਾ ਨਿਵਾਉਂਦੇ ਹਾਂ ਕਿ ਸੱਚੇ ਪਿਤਾ ਨੇ ਇਸ ਤਰ੍ਹਾਂ ਤੱਤੀਆਂ ਤਵੀਆਂ ਤੇ ਤਤੀ ਤਤੀ ਰੇਤ ਕੋ ਆ ਕੇ ਸੀਨੇ ਦਿੱਤੀ ਆਪਰ ਠੰਡੇ ਰਹਿ ਕੇ ਆਣਾ ਮਿੱਠਾ ਕਰਕੇ ਮੰਨਿਆ ਕਹਿੰਦੇ ਹਨ ਕਿ ਉਹ ਜੋ ਲਾਲ ਕਿਲਾ ਲਾਲ ਖੂਹੀ ਹੈ ਚੰਦੂ ਦੇ ਹਵੇਲੀ ਵਿੱਚ ਸੀ ਅਤੇ ਇਸ ਦੇ ਨਾਲ ਇੱਕ ਛੋਟੀ ਜਿਹੀ ਕੋਠਰੀ ਸੀ ਇੱਥੇ ਗੁਰੂ ਜੀ ਨਾ ਉਹਨੇ ਰੱਖਿਆ ਤੇ ਬਹੁਤ ਤਸੀਹੇ ਦਿੱਤੇ ਪਹਿਲੇ ਦਿਨ ਕਹਿੰਦੇ ਹਨ ਕਿ ਅੰਨ ਪਾਣੀ ਨਾ ਦਿੱਤਾ ਅਤੇ ਸੌਂ ਮਹੀਨੇ ਦਿੱਤਾ ਪਰ ਗੁਰੂ ਜੀ ਦਾ ਨਾਮ ਦਾ ਆਸਰਾ ਸੀ ਗੁਰੂ ਜੀ ਦੇ ਕੋਲ ਦੂਸਰੇ ਦਿਨ ਉਬਲਦੇ ਪਾਣੀ ਵਿੱਚ ਦੇਗ ਵਿੱਚ ਬਿਠਾਇਆ ਗਿਆ ਤੀਜੇ ਦਿਨ ਤਤੀ ਤਤੀ ਰੇਤ ਤਤੀ ਤਵੀ ਤੇ ਬਿਠਾ ਕੇ ਬਲ ਦੀ ਅੱਗ ਤੇ ਦੇਖ ਤੇ ਬਿਠਾ ਕੇ ਤਤੀ ਤਤੀ ਰੇਤ ਗੁਰੂ ਦੇ ਪਾਈ ਗਈ ਇਹ ਜੋ ਇਹ ਜੋ ਸੀਨ ਹੈ ਅੱਖਾਂ ਸਾਹਮਣੇ ਜਦੋਂ ਆਪਾਂ ਲਈਏ ਕਹਿਣਾ ਬਹੁਤ ਸੌਕਾ ਹੈ ਦੇਖਣਾ ਵੀ ਸੌਕਾ ਹੈ ਪਰ ਜੋ ਮੰਨਿਆ ਜਿਨ੍ਹਾਂ ਨੇ ਬਹੁਤ ਬਹੁਤ ਔਕਾ ਹੈ ਕਹਿੰਦੇ ਆ ਇਸ ਦੇ ਨਾਲ ਨਾਲ ਇੱਕ ਛੋਟੀ ਜਿਹੀ ਸਾਕੀ ਮਨ ਯਾਦ ਹੈ ਕਹਿੰਦੇ ਹਨ ਕਿ ਸਾਈ ਮੀਆਂ ਮੀਰ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਚਰਨਾਂ ਵਿੱਚ ਇੱਕ ਦਿਨ ਬੇਨਤੀ ਕੀਤੀ ਕਹਿੰਦਾ ਪਾਤਸ਼ਾਹ ਇੱਕ ਪੰਕਤੀ ਹੈ ਗੁਰਗਾਂ ਸੇਵ ਵਿੱਚ ਜੋ ਮੈਂ ਪੜਿਆ ਸ਼ੰਕਾ ਹੋਈ ਮੈਨੂੰ ਕਹਿੰਦੇ ਹਾਂ ਗੁਰੂ ਜੀ ਕਹਿੰਦੇ ਹਨ ਕਿਹੜੀ ਪੰਕਤੀ ਕਹਿੰਦੇ ਤਨ ਮਨ ਕਾਟ ਕਾਟ ਸਬਰ ਵਿੱਚ ਅਗਨੀ ਆਪ ਜਲਾਈ ਕਹਿੰਦੇ ਹਨ ਕਿ ਗੁਰੂ ਜੀ ਕਹਿੰਦੇ ਹਨ ਇਹ ਚਾਈ ਹੈ ਜਦੋਂ ਜਿੱਥੇ ਕਹਿੰਦੇ ਹਨ ਹਵੇਲੀ ਵਿੱਚ ਸਹਿਬਾਨ ਨੂੰ ਰੱਖਿਆ ਗਿਆ ਸੀ ਉੱਤੇ ਜਹਾਂਗੀਰ ਦੇ ਇਜਾਜ਼ਤ ਉਹ ਬਗੈਰ ਉੱਤੇ ਕੋਈ ਵੀ ਉਹਨਾਂ ਨੂੰ ਗੁਰੂ ਜੀ ਨੂੰ ਦੇਖਣ ਵਾਸਤੇ ਨਹੀਂ ਸੀ ਜਾ ਸਕਦਾ ਸਾਈ ਮੀਆਂ ਮੀਰ ਜੀ ਨੇ ਇਸ ਆਤ ਲਈ ਕਿ ਮੈਂ ਗੁਰੂ ਜੀ ਨੂੰ ਜਾ ਕੇ ਮਿਲਣਾ ਹੈ ਜਦੋਂ ਅੰਦਰ ਗਿਆ ਰੋ ਰੋ ਉਠਿਆ ਰੋ ਰੋ ਉਠਿਆ ਕਹਿਣ ਲਗਾ ਸਾਈ ਜੀ ਗੁਰੂ ਜੀ ਨੇ ਕਹਿੰਦੇ ਹਨ ਕਿ ਸਾਈ ਜੀ ਤੁਸੀਂ ਉਹ ਪੰਕਤੀ ਦਾ ਰੂਪ ਵੇਖ ਲਓ ਮੈਂ ਅਰਥ ਨਹੀਂ ਕਰਨੇ ਮੇਰਾ ਪ੍ਰਣ ਕਰੇਗਾ ਕਹਿੰਦੇ ਹਨ ਸਾਈ ਜੀ ਜ਼ਾਰੋ ਜ਼ਾਰ ਰੋਏ ਸਾਹਿਬ ਕਹਿਣ ਲਗੇ ਮੇਰੇ ਤਪਦੇ ਹੋਏ ਤਨ ਨੂੰ ਨਾ ਵੇਖ ਮੇਰੇ ਠੰਡੇ ਮਨ ਨੂੰ ਦੇਖ ਠੰਡੇ ਹਿਰਦੇ ਨੂੰ ਵੇਖ ਇਸ ਲਈ ਬਾਹਰਲੀ ਗਰਮੀ ਜੋ ਬਚਾਉ ਸਕਦੇ ਆਪਾਂ ਬਾਹਰਲੀ ਗਰਮੀ ਤੋਂ ਬਚ ਸਕਦੇ ਆਂ ਪਰ ਅੰਦਰਲਾ ਜਿਹੜਾ ਕਰੋਧ ਲੋਭ ਨਾਲ ਇਹ ਜਿਹੜਾ ਭਰਿਆ ਹੋਇਆ ਹੈ ਉਸਨੇ ਸਾਈਂ ਬਾਣੇ ਉੱਤੇ ਵਰਣਨ ਕੀਤਾ ਹੈ ਬਾਣੀ ਦਾ ਚੰਦਨ ਚੰਦਨਾ ਸਰਦ ਰੁੱਤ ਮੂਲ ਨਮਿਟੀ ਸੀਤਲ ਥੀਵੇਂ ਨਾਨਕਾ ਜਪੰਦੜੋ ਹਰਨਾ ਚੰਦਨ ਚੰਦਨਾ ਸਰਦ ਰੁੱਤ ਮੂਲ ਨਮਿਟੀ ਸੀਤਲ ਥੀਵੇਂ ਨਾਨਕਾ ਜਪੰਦ ਲੋ ਅਰਨਾ ਜਿਹੜਾ ਨਾਮ ਨਾਲ ਠੰਡਕ ਮਿਲਦੀ ਹੈ ਨਾਮ ਜਪਣ ਨਾਲ ਇਹ ਗੁਰੂ ਜੀ ਨੇ ਸਾਨੂੰ ਇਸ਼ਾਰਾ ਦਿੱਤਾ ਹੈ ਇੱਥੇ ਕਿ ਨਾਮ ਦੇ ਨਾਲ ਇਹ ਮਨ ਤਨ ਕਾਮ ਕ੍ਰੋਧ ਸਭ ਠੰਡੇ ਹੋ ਸਕਦੇ ਆ ਇਸ ਤਜਰਬੇ ਨੇ ਜਿਹੜੇ ਸਾਹਿਬ ਸਾਡੇ ਸਾਹਮਣੇ ਰੱਖਦੇ ਨੇ ਜੇ ਮਨ 시ਤਲ ਹੋਵੇ ਤਾਂ ਮਲ ਦੀ ਅੱਗ ਹੋਵੇ ਉਸ ਤੋਂ ਵੀ ਬੰਦਾ ਠੰਡਾ ਹੋ ਸਕਦਾ ਹੈ ਤਤੇ ਤਵਿਤੇ ਬਿਠਾਉ ਉਤੇ ਤਤੇ ਰੇਤ ਹਜ਼ਾਲ ਮਨੇ ਪਾਈ ਤਤੇ ਤਵਿਤੇ ਬਿਠਾ ਉਤੇ ਤੈ ਤੇਰੇ ਤੇ ਜ਼ਾਲਮਾ ਨੇ ਪਾਈ ਤੇਰਾ ਪਾਣਾ ਮਿੱਠਾ ਲੱਗੇ ਫਤਿਹ ਗੁਰਾਂ ਨੇ ਬੁਲਾਈ ਜਿੰਦ ਜਾਨ ਤੋਂ ਪਿਆਰੀ ਸਿੱਖੀ ਜਿੰਦ ਜਾਨ ਤੇ ਬਚਾਈ ਜਿੰਦ ਜਾਨ ਤੋਂ ਪਿਆਰੀ ਸਿੱਖੀ ਜਿੰਦ ਵਾਰ ਕੇ ਬਚਾਈ ਕਾਂਤਨ ਗੁਰੂ ਅਰਜਨ ਜੀ ਪਿਆਰੇ ਕਰੋ ਨਮਸਕਾਰ ਜੀਓ ਸਾਰੇ ਰਲ ਮਿਲ ਪਾਈ ਕਰੋ ਨਮਸਕਾਰ ਜੀਓ ਸਾਰੇ ਰਲ ਮਿਲ ਪਾਈ ਇਹ ਜੋ ਸੱਚੇ ਪਿਤਾ ਨੇ ਏ ਜੋਸੀ ਦੀ ਆਪਣੀਆਂ ਹੱਤ ਤਤੀ ਤਵੀ ਉਤੇ ਚੌਕੜਾ ਵੀ ਲਾ ਕੇ ਨਹੀਂ ਓ ਡੋਲੇ ਤਤੀ ਤਵੀ ਤੇ ਚੌਕੜਾ ਲਾ ਕੇ ਵੀ ਨਹੀਂ ਓ ਡੋਲੇ ਬੜੇ ਦੁਖੜੇ ਸਹਾਰੇ ਪਰ ਮਾਰਾ ਨਹੀਂ ਓ ਬੋਲੇ ਬੈਠ ਤਵੀ ਉਤੇ ਲੈ ਗਏ ਉਹ ਮਸਤ ਬੁਲਾ ਰਹੇ ਬੈਠ ਤਵੀ ਉਤੇ ਉਹ ਲੈ ਗਏ ਉਹ ਮਸਤ ਬੁਲਾ ਰਹੇ ਪਾਣਾ ਮਰਨਾ ਸਿਖਾ ਗਏ ਉਹ ਰਜਨ ਪਿਆਰੇ ਕਹਿੰਦੇ ਜ਼ਾਲਮਾ ਨੇ ਬੜਾ ਦਿਲੋਂ ਕਹਿਰ ਕਮਾਇਆ ਕਹਿੰਦੇ ਜ਼ਾਲਮਾ ਨੇ ਬੜਾ ਦਿਲੋਂ ਕਹਿਰ ਕਮਾਇਆ ਤੱਤੀ ਤਵੇ ਤੇ ਬਿਠਾ ਕੇ ਰੇਤਾ ਸਿਰ ਵਿੱਚ ਪਾਇਆ ਦਿੱਤੇ ਦੁੱਖ ਜੋ ਜ਼ਾਲਮਾਂ ਸਭ ਹੱਸ ਕੇ گزارੇ ਦਿੱਤੇ ਦੁੱਖ ਜੋ ਜ਼ਾਲਮਾਂ ਸਭ ਹੱਸ ਕੇ گزارੇ ਪਾਣਾ ਮਰਨਾ ਸਿਖਾ ਗਏ ਗੁਰ ਅਰਜਨ ਪਿਆਰੇ ਪਾਣਾ ਮਰਨਾ ਸਿਖਾ ਗਏ ਗੁਰ ਅਰਜਨ ਪਿਆਰੇ ਲੋਕ ਜਦੋਂ ਨੇ ਸ਼ਹੀਦਾਂ ਵਾਲੀ ਵਾਰਤਾ ਸੁਣਾਉਂਦੇ ਲੋਕ ਜਦੋਂ ਨੇ ਸ਼ਹੀਦਾਂ ਵਾਲੀ ਵਾਰਤਾ ਸੁਣਾਉਂਦੇ ਅੱਜ ਐਵੇਂ ਨਹੀਂ ਹੋ ਉਹ ਸਿਰਤਾਜ ਖਾਉਂਦੇ ਪਾਪੀ ਉੰਨੀ ਤਾਈਓ ਮਥਾ ਟੇਕਦੇ ਨੇ ਸਾਰੇ ਪਾਪੀ ਉੰਨੀ ਤਾਈਓ ਮਥਾ ਟੇਕਦੇ ਨੇ ਸਾਰੇ ਪਾਣਾ ਮੰਨਣਾ ਸਿਖਾ ਗਏ ਉਹ ਰਜਨ ਪਿਆਰੇ ਏਜ ਸੱਚੇ ਪਿਤਾ ਸੱਚੇ ਪਿਤਾ ਗੁਰਜਨ ਦੇਵ ਸੱਚੇ ਪਿਤਾ ਨੇ ਪਾਣਾ ਮੰਨਣਾ ਆਪਣੇ ਪਾਣੇ ਵਿੱਚ ਰਹਿਣਾ ਕਿਉਂਕਿ ਜੋ ਗੁਰੂ ਦਾ ਹੁਕਮ ਹੈ ਜੋ ਕਰਮਾ ਵਿੱਚ ਲਿਖਿਆ ਹੈ ਜੋ ਹੋਣਾ ਹੈ ਉਹ ਤਾਂ ਹੋਣਾ ਹੀ ਹੈ ਪਾਣਾ ਮੰਨ ਕੇ ਇਹ ਜੋ ਗੁਜ਼ਾਰਦਾ ਹੈ ਉਹ ਖੁਸ਼ ਰਹਿੰਦਾ ਹੈ ਅੰਧਿਆਰ ਕੇ ਪੰਚਮ ਗੁਰਦੇਵ ਸਾਹਿਬ ਸਿਰਗੁਰਾਜਨ ਦੇਵ ਜੀ ਨੇ ਸਿੱਖ ਧਰਮ ਲਈ ਧਰਮ ਕੌਮ ਖਾਤਰ ਸ਼ਹਾਦਤ ਦਿੱਤੀ ਜਿਸ ਕਰਕੇ ਉਹਨਾਂ ਮਨੁਸ਼ੀਦਾ ਦੇ ਸਿਰਤਾਜ ਕਹਿੰਦੇ ਹਨ ਉਸਤਤ ਕੀਤੀ ਜਾਂਦੀ ਹੈ ਆਪ ਜੀ ਦੀ ਸ਼ਹਾਦਤ ਨੇ ਆਉਣ ਵਾਲੀਆਂ ਪਨੀਰੀਆਂ ਨੂੰ ਜ਼ਬਰ ਜ਼ੁਲਮ ਵਿਰੁੱਧ ਲਾਮਬੰਦ ਹੋਣ ਅਤੇ ਹੱਕ ਸੱਚ ਲਈ ਲੜਨ ਦੀ ਸਨੇਹਾ ਦਿੱਤਾ ਹੈ ਸਾਨੂੰ ਆਪਣੇ ਆਪ ਵਿੱਚ ਇਕ ਮਿਸਾਲ ਕਾਇਮ ਕਰ ਦਿੱਤੀ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਧਰਮ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਸੁੱਤੇ ਉਹਨਾਂ ਦੇ ਕਹਿੰਦੇ ਹਨ ਕਿ ਇਹ ਜੋ ਸਾਖੀਆਂ ਜਿਹੜੀਆਂ ਹਨ ਨਾ ਜਿਸੁੱਤੇ ਉਹਨਾਂ ਨੇ ਪੋਤਰੇ ਸਿਰਗੁਰ ਗੋਮੀ ਸਿੰਘ ਜੀ ਦੇ ਚਾਰ ਸੱਜਾ ਅਜੀਤ ਸਿੰਘ ਬਾਬਾ ਜੀ ਸਿੰਘ ਬਾਬਾ ਜੀ ਜਾਰ ਸਿੰਘ ਬਾਬਾ ਜੋਰਾਵਾਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀਆਂ ਕੁਰਬਾਨੀਆਂ ਨੇ ਅਜਿਹਾ ਅਮਰ ਤੇ ਅਦੁੱਤੀ ਮਸਾਲ ਪਸਾਰੀ ਹੈ ਜਿਸ ਕਰਕੇ ਸਿੱਖ ਕੌਮ ਅਜ ਖਾਲਸਾ ਅਕੋਰ ਦਾ ਮਾਨ ਰੱਖਦੀ ਹੈ ਐਸੇ ਕਰਕੇ ਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਭਗਤੀ ਤੇ ਸ਼ਕਤੀ ਮੇਰੀ ਤੇ ਪੀਰੀ ਦੀਆਂ ਤੇ ਤਲਵਾਰਾਂ ਵੀ ਪਹਿਨੀਆਂ ਸਨ ਇਹ ਜੋ ਭਗਤੀ ਤੇ ਸ਼ਕਤੀ ਕਹਿੰਦੇ ਹਨ ਕਿ ਗੁਰੂ ਜੀ ਦੀ ਸ਼ਾਦਤ ਨੇ ਸਿੱਖ ਹਿਰਦਿਆਂ ਨੂੰ ਬਲੁੰਦਰ ਕੇ ਰੱਖ ਦਿੱਤਾ ਅਤੇ ਗੁੱਸੇ ਨਾਲ ਪਾ ਦਿੱਤਾ ਤੇ ਜ਼ੋਰ ਜ਼ਬਰ ਨੂੰ ਸ਼ਾਂਤੀ ਨਾਲ ਨਹੀਂ ਖਤਿਆਰਾਂ ਨਾਲ ਜੇ ਜੇਠਿਆ ਹੈ ਸਿੱਖ ਕੌਮ ਡਟ ਕੇ ਹੱਸ ਹੱਸ ਕੇ ਤਸੀਹੇ ਸਹਿਣ ਅਤੇ ਕੁਰਬਾਨੀਆਂ ਦੇਣ ਲਈ ਅਤੇ ਸਿੱਖ ਵਿਚਾਰ ਤਾਰਾਂ ਵਿੱਚ ਸੰਤ ਦੇ ਨਾਲ ਸਿਪਾਹੀ ਦਾ ਸੰਕਲਪ ਵੀ ਪਰਵੇਸ਼ ਕਰ ਦਿੱਤਾ ਉਹਨਾਂ ਨੇ ਕਿ ਸੰਤ ਸਿਪਾਹੀ ਬਣ ਗਿਆ ਸੀ ਕਿਉਂਕਿ ਮੇਰੀ ਬੀਰੀ ਤੋਂ ਬਾਅਦ ਸ਼ਕਤੀ ਅਤੇ ਭਗਤੀ ਸ਼ਕਤੀ ਵੀ ਚਾਹੀਦੀ ਹੈ ਭਗਤੀ ਵੀ ਚਾਹੀਦੀ ਹੈ ਸ਼ਸਤਰ ਵੀ ਚਾਹੀਦੇ ਹਨ ਭਗਤੀ ਵੀ ਕਰਨੀ ਹੈ ਸੋ ਇਸ ਦੇ ਨਾਲ ਨਾਲ ਕਹਿੰਦੇ ਹਨ ਕਿ ਅਕਾ ਫਕਤ ਸਾਇਬ ਜਿਹਾ ਕੇ ਅਤੇ ਕਿਲਾ ਲੋਗ ਗੜ ਸਾਹਿਬ ਦੀ ਸੰਥਾਪਨਾ ਵਿੱਚ ਇਹ ਸ਼ਾਦਤ ਦਾ ਇੱਕ ਸਿੱਟਾ ਹੈ ਇਹ ਸ਼ਹਾਦਤ ਕਰਕੇ ਹੀ ਇਹ ਸਿੱਟਾ ਕਿ ਗੁਰੂ ਹਰਗੋਬੀ ਸਾਹਿਬ ਜੀ ਨੇ ਸਿੱਖਾਂ ਨੂੰ ਮਜ਼ਬੂਤ ਕਾਹ ਨਹੀਂ ਮਜ਼ਬੂਤ ਆਪਣੀ ਸਿੱਖੀ ਸੰਭਣ ਵਾਸਤੇ ਇਹ ਕਾਲ ਤਕ ਸਾਹਿਬ ਅਤੇ ਕਿਲਾ ਲੋਗ ਗੜ ਸਾਹਿਬ ਦੀ ਸੰਥਾਪਨਾ ਜਿਹੜੀ ਕੀਤੀ ਹੈ ਨਾ ਇਹ ਇੱਕ ਇਸੇ ਹੀ ਸ਼ਾਦਤ ਦਾ ਸਿੱਟਾ ਹੈ ਕਿ ਗੁਰੂ ਜੀ ਨੇ ਜੋ ਸਾਨੂੰ ਸਿਖਾਇਆ ਹੈ ਕਿ ਆਪਣੇ ਆਪ ਨੂੰ ਕਾਇਮ ਰੱਖੋ ਆਪਣੇ ਜਿੱਥੇ ਵੀ ਲੋੜ ਪਵੇ ਆਪਣੇ ਹੱਕ ਦੇ ਖਾਤਰ ਜ਼ਰੂਰ ਲੜੋ ਕਿਉਂਕਿ ਇਹ ਖਾਸਾ ਪੰਥ ਜੋ ਚੱਲਿਆ ਹੈ ਉਹ ਇਹਨਾਂ ਹੀ ਸ਼ੀਧੀਆਂ ਤੋਂ ਸ਼ੀਧਾਂ ਦੇ ਸਿਰਤਾਸ ਸੱਚੇ ਪਤਾ ਗੁਰੂ ਜੰਦੇਵ ਜੀ ਮਹਾਰਾਜੀ ਤੋਂ ਇਹ ਜੋ ਸਿੱਖੀ ਕਾਇਮ ਹੈਗੇ ਇਹ ਇੱਕ ਬੂਟਾ ਉਹਨਾਂ ਨੇ ਉਗਾਇਆ ਜਿਹੜਾ ਕਿ ਅੱਜ ਪਰਫੁੱਲਤ ਹੈ ਇਸ ਨੂੰ ਸੰਭਾਲਣ ਦਾ ਸਾਡਾ ਫਰਜ਼ ਹੈ ਕਿ ਇਹ ਉਹ ਜੋ ਸਿੱਖੀ ਇਸ ਕੀ ਹੈ ਮਨਿਮਰੀ ਲਹੂ ਲਹੂ ਆਪਣਾ ਇਸ ਜ਼ਮੀਨ ਤੇ ਸਾਰਾ ਵਹਾ ਕੇ ਅਹੀਂ ਵਸਨੂ ਸਿੱਖੀ ਮਿਲੀ ਹੈ ਕੁਰਬਾਨੀਆਂ ਤੇ ਕੁਰਬਾਨੀਆਂ ਕਰਕੇ ਇਹ ਸਾਨੂੰ ਸਿੱਖੀ ਮਿਲੀ ਹੈ ਹਾਂਜੀ ਬਾਜੀ ਆਓ ਜੀ ਆਓ ਜੀ ਬਾਜੀ ਹਾਂਜੀ ਵਾ ਸਿੱਖ ਚੈਨਲ ਦੇ ਪਰਿਦਰਸ਼ਕੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 417ਵਾਂ ਸ਼ਹੀਦੀ ਗੁਰਪ੍ਰਬ ਸਿੱਖ ਚੈਨਲ ਤੋਂ ਮਨਾਇਆ ਜਾ ਰਿਹਾ ਹੈ ਆਪਣੇ ਦਿਲ ਦੀ ਗੱਲ ਵੀ ਕਰਦੇ ਜਾਵਾਂ ਗੁਰੂ ਜੀ ਦੇ ਅਮਲੀ ਜੀਵਨ ਨੂੰ ਡੀਪ ਡਾਉਨ ਬਾਰੀਕੀ ਨਾਲ ਜੋ ਤੁਸੀਂ ਇੱਕ ਪਾਰਖੂ ਬਣ ਕੇ ਆਪਣੇ ਗੁਰੂ ਦੇ ਗੁਣ ਲੱਭੋਗੇ ਜੱਜ ਬਣ ਕੇ ਮੁਲਾਂਕਣ ਕਰੋਗੇ ਇਹ ਦੇਖਣ ਲਈ ਕਿ ਮੇਰਾ ਗੁਰੂ ਸਰਵ ਕਲਾ ਸਮਰੱਥਾ ਹੈ ਕ੍ਰਾਈਟੇਰੀਅਨ ਪੱਖ ਤੋਂ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਕਿ ਸ੍ਰੀ ਹਰਮੰਦਰ ਸਾਹਿਬ ਦੀ ਇਮਾਰਤ ਦਾ ਨਕਸ਼ਾ ਗੁਰੂ ਅਰਜਨ ਦੇਵ ਜੀ ਆਪ ਤਿਆਰ ਕਰਦੇ ਹਨ ਪਰ ਹਲੀਮੀ ਨਹੀਂ ਸੰਗੇ ਬੁਨਿਆਦ ਫਾਊਂਡੇਸ਼ਨ ਸਟੋਨ ਸਾਈ ਮੀਆਂ ਮੀਰਜੀ ਕੋਲ ਰਖਾਉਂਦੇ ਹਨ ਅਰਮਤਰ ਸਾਹਿਬ ਦੀ ਇਮਾਰਤ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਤੋਂ ਨੀਵੀਂ ਰੱਖਦੇ ਹਨ ਇਹ ਗੁਰੂ ਜੀ ਦੀ ਨਿਮਰਤਾ ਦਾ ਸੂਚਕ ਹੈ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਵਾਸਤੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਦੀ ਮਾਤਾ ਗੰਗਾ ਜੀ ਨੂੰ ਲੈ ਕੇ ਹੱਥੀਂ ਸੇਵਾ ਕਰਨ ਵਾਸਤੇ ਦਿਨ ਰਾਤ ਯਤਨਸ਼ੀਲ ਰਹਿੰਦੇ ਹਨ ਇਸ ਗੱਲ ਦਾ ਸਿਹਰਾ ਗੁਰੂ ਜੀ ਨੂੰ ਜਾਂਦਾ ਹੈ ਕਿ ਚਾਰੇ ਵਰਨਾਂ ਦੇ ਲੋਕਾਂ ਨੂੰ ਜੀ ਆਣ ਵਾਸਤੇ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਹੁੱਲੇ ਰਹਿਂਦੇ ਆ ਸਿੱਖ ਚੈਨਲ ਦੇ ਪਿਆਰੇ ਦਰਸ਼ਕੋ ਗੁਰੂ ਅਰਜਨ ਦੇਵ ਜੀ ਦਾ ਇਹ ਜੋ ਸ਼ਹੀਦੀ ਗੁਰਪ੍ਰਬਚਾਰ ਸੋਸਤਾਰ ਵਿੱਚ ਮਨਾਇਆ ਜਾ ਰਿਹਾ ਹੈ ਆਓ ਹੁਣ ਥੋੜਾ ਜਿਹਾ ਇਸ ਪੱਖ ਤੋਂ ਦੇਖੀਏ ਕਿ ਸਿੱਖ ਧਰਮ ਦੇ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦੇ ਸਬਰ ਉੱਤੇ ਹੋਈ ਜ਼ਬਰ ਤਸ਼ੱਦਦ ਅਤੇ ਦਰਦਨਾਕ ਸ਼ਹੀਦੀ ਬਾਰੇ ਗੱਲਬਾਤ ਕਰਾਂਗੇ ਇਹ ਪਹਿਲੀ ਸ਼ਹਾਦਤ ਸੀ ਸਿੱਖ ਕੌਮ ਵਿੱਚ ਜਿਹਦੇ ਸਦੀ ਵੀ ਅਸਰ ਹੋਏ ਜ਼ਬਰਦਸਤ ਨਤੀਜੇ ਨਿਕਲੇ ਨਿਊ ਕੈਸਲ ਸ਼ਹਿਰ ਤੋਂ ਸਿੱਖ ਕੌਮ ਦੇ ਮੰਨੇ ਪਰਮੰਨੇ ਸ਼ਾਇਰ ਸਰਦਾਰ ਤਾਰਾ ਸਿੰਘ ਆਧੀਵਾਲਾ ਆਪਣੀ ਸੁਨਹਿਰੀ ਕਲਮ ਦੇ ਨਾਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸ਼ਰਦਾ ਦੇ ਫੁੱਲ ਭੇਟ ਕਰਦੇ ਹੋਏ ਲਿਖਦੇ ਹਨ ਲੋਹੇ ਤੱਤੀਏ ਜੇ ਤੂੰ ਲਾਲ ਹੋਈਏ ਲਾਲ ਪਾਨੀ ਦਾ ਇਤੋਂ ਵੀ ਲਾਲ ਅੜੀਏ ਸਿੱਖ ਜੇ ਤੂੰ ਉਸ ਦਾ ਪਰਖਣਾ ਹੈ ਉਹਨੇ ਵੇਖਣਾ ਤੇਰਾ ਕਮਾਲ ਅੜੀਏ ਤੇਰਾ ਪਲਾਂ ਵਿੱਚ ਰੂਪ ਕੁਮਲਾ ਜਾਣਾ ਫਿੱਕਾ ਪੈਣਾ ਨਾ ਉਹਦਾ ਜਲਾਲ ਅੜੀਏ ਪਰ ਇਹ ਸੋਚ ਲਈ ਤੈਨੂੰ ਮੈਂ ਦੱਸਦਾ ਹਾਂ ਮੱਥਾ ਲਾਉਣਾ ਤੂੰ ਰੱਬ ਦੇ ਨਾਲ ਅੜੀਏ ਤੈਨੂੰ ਫੁੱਲਾਂ ਦੀ ਸਮਝ ਕੇ ਸੇਜ ਉਹਨੇ ਤੇਰੀ ਹਿੱਕ ਤੇ ਚੌਕੜਾ ਮਾਰਨਾ ਏ ਜਹਾਗੀਰ ਤਸਲਮ ਕਮਾਰਿਆਈ ਗੁਰਾਂ ਧਰਮ ਦਾ ਮਹਿਲ ਉਸਾਰਨਾ ਏ ਗੱਲ ਸੁਣ ਕੇ ਕਵੀ ਦੀ ਲੋਹ ਬੋਲੀ ਮੈਂ ਤੋਂ ਡਰਦੇ ਨੇ ਜਗ ਵਿੱਚ ਸਭ ਅੜਿਆ ਮੇਰਾ ਕੰਮ ਹੈ ਸਭ ਨੂੰ ਸਾੜ ਦੇਣਾ ਮੈਨੂੰ ਕਹਿੰਦੇ ਨੇ ਲੋਕੀ ਅੱਗ ਅੜਿਆ ਮੈਂ ਅੱਜ ਤਪ ਤਪ ਠੰਡੀ ਕਿਉਂ ਹੋਈ ਜਾਵਾਂ ਕਿੱਸਾ ਬਣਿਆ ਹੈ ਇਹ ਸਬਬ ਅੜਿਆ ਗੁਰੂ ਅਰਜਨ ਨੂੰ ਫੁੱਲਾਂ ਦੀ ਸੇਜ ਦਿਸਦੀ ਤੇ ਮੈਂ ਜਾਬਰ ਨੂੰ ਦਿਸਦੀ ਅੱਗ ਅੜਿਆ ਇਸ ਤੋਂ ਵੱਡੇ ਕੀ ਤਾਰੇ ਜੀ ਭਾਗ ਮੇਰੇ ਇਸ ਤੋਂ ਵੱਡੇ ਕੀ ਸਾਰਾ ਜੀ ਭਾਗ ਮੇਰੇ ਬਹਿਣ ਲੱਗਾ ਜੇ ਮੇਰੇ ਤੇ ਰੱਬ ਅੜਿਆ ਦੁਨੀਆ ਪੰਜਵੇਂ ਗੁਰੂ ਜੀ ਨੂੰ ਯਾਦ ਕਰਦੀ ਤੇ ਯਾਦ ਮੈਨੂੰ ਵੀ ਕਰੂਗਾ ਜੱਗ ਅੜਿਆ ਵਿਬਸੀ ਰੇਡੀਓ ਲੀਡਸ ਨਾਲ ਸ਼ਾਸਤ੍ਰ 90 ਤੱਕ ਸੇਵਾ ਕਰਨ ਦਾ ਮੌਕਾ ਮਿਲਿਆ ਜਿੱਥੇ ਮੇਰੇ ਸੰਗੀ ਸਰਦਾਰ ਗੁਰਦੀਪ ਸਿੰਘ ਭੋਗਲ ਅਤੇ ਕਿਰਪਾਲ ਸਿੰਘ ਗਿੱਲ ਜੀ ਦੇ ਸਹਿਯੋਗ ਨਾਲ ਕਿਤਾਬ ਛਪੀ ਇਸ 31 ਮਈ 1987 ਦੀ ਤਾਰੀਖ ਦੇ ਵਿੱਚ ਸਫਾ 56 ਤੇ ਲਿਖਿਆ ਮਿਲਦਾ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਹੁਤ ਹੀ ਭਿਆਨਕ ਤੇ ਦਿਲ ਕੰਬਾਉਂਤ ਤਸੀਹਾਂ ਨਾਲ ਲਾਹੌਰ ਵਿੱਚ ਹੋਈ ਦੁਨੀਆ ਦੇ ਇਤਿਹਾਸ ਵਿੱਚ ਇਹ ਸ਼ਹੀਦੀ ਬੇਮਿਸਾਲ ਤੇ ਲਾਸਾਨੀ ਹੈ ਮੁਗਲ ਸਰਕਾਰ ਨੇ ਚੰਗੇਜ਼ੀ ਦੰਡਾਵਲੀ ਯਾਸਾ ਅਧੀਨ ਗੁਰੂ ਜੀ ਨੂੰ ਭੁੱਖਾ ਪਿਆਸਾ ਰੱਖ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਤਪਦੀ ਤਵੀ ਉੱਤੇ ਬਿਠਾ ਕੇ ਸੜਦੀ ਬਲਦੀ ਰੇਤ ਸਰੀਰ ਉੱਤੇ ਪਾ ਕੇ ਅਖੀਰ ਰਾਵੀ ਦਰਿਆ ਦੇ ਠੰਡੇ ਠਾਰ ਪਾਣੀ ਵਿੱਚ ਛਾਲਿਆਂ ਭਰੇ ਸਰੀਰ ਨੂੰ ਡੁਬੋ ਕੇ ਸੱਚ ਨੂੰ ਮਰਨ ਦਾ ਯਤਨ ਦੇਖ ਕੇ ਸਰੀਰ ਹੀ ਨਹੀਂ ਰੂਹ ਵੀ ਕੰਬ ਜਾਂਦੀ ਹੈ ਦੰਡਾਵਲੀ ਯਾਸਾ ਦਾ ਮਤਲਬ ਹੈ ਜਿਸ ਧਰਮੀ ਬੰਦੇ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਜਾਵੇ ਧਰਮੀ ਬੰਦੇ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਜਾਵੇ ਕਿ ਉਹਦੇ ਖੂਨ ਦੀ ਇੱਕ ਵੀ ਬੂੰਦ ਜ਼ਮੀਨ ਉੱਤੇ ਨਾ ਡਿਗੇ ਉਹਨਾਂ ਲੋਕਾਂ ਦਾ ਯਕੀਨ ਹੈ ਕਿ ਹਰੇਕ ਬੂੰਦ ਵਿੱਚੋਂ ਹੋਰ ਸ਼ਹੀਦ ਪੈਦਾ ਹੋ ਜਾਣਗੇ ਹੀਲੇ ਰਜ਼ਕ ਹੀਲੇ ਰਜ਼ਕ ਬਹਾਨੜੇ ਮੌਤ ਹੁੰਦੀ ਘਰ ਬੈਠਿਆ ਨੂੰ ਕਿਹੜਾ ਖੈਰ ਪਾਏ ਵਾਰਸ ਸ਼ਾਹ ਹੁਣ ਆਸਰਾ ਰੱਬ ਦਾ ਏ ਬੰਦਾ ਕਿਤਵਲ ਉਸ ਬਗੈਰ ਜਾਏ ਉਸ ਭਿਆਨਕ ਅਸਹਿ ਤੇ ਅਕੈ ਸੁਲਮ ਦਾ ਜ਼ਿਕਰ ਕਰਦਿਆਂ ਤੱਤੀ ਲੋ ਤੇ ਬੈਠਿਆ ਗੁਰੂ ਅਰਜਨ ਦੇਵ ਜੀ ਨੇ ਆਪਣੇ ਜਿਗਰੀ ਯਾਰ ਆਪਣੇ ਜਿਗਰੀ ਯਾਰ ਸਾਈ ਮੀਆਂ ਮੀਰ ਜੀ ਦੇ ਉਜਰ ਕਰਨ ਤੇ ਜਵਾਬ ਦਿੱਤਾ ਉਹ ਕਹਿਣ ਲੱਗੇ ਸੀ ਇਹ ਮੈਂ ਦਿੱਲੀ ਤੇ ਲਾਹੌਰ ਨੂੰ ਟਕਰਾ ਦਿਆਂ ਜਿਹੋ ਕੰਮ ਕਰੋ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਨਹੀਂ ਇਹ ਪਰਮਾਤਮਾ ਦਾ ਹੁਕਮ ਹੈ ਅਸੀਂ ਬਾਣੇ ਵਿੱਚ ਰਹਿਣਾ ਹੈ ਸ਼ਾਇਰ ਕਹਿੰਦਾ ਗੁਰੂ ਜੀ ਬੋਲੇ ਮੈਂ ਤਾਂ ਯਾਰ ਦੇ ਬਾਣੇ ਨੂੰ ਮੰਨਦਾ ਹਾਂ ਯਾਰ ਯਾਰ ਨੂੰ ਹੱਸ ਕੇ ਦੱਸਦਾ ਏ ਤਰੇਲ ਫੁੱਲਾਂ ਤੇ ਪਈ ਵੀ ਰੋਈ ਜਾਂਦੀ ਤੇ ਫੁੱਲ ਕੰਡਿਆਂ ਤੇ ਖਿੜ ਖਿੜ ਹੱਸਦਾ ਏ ਸਾਈਂ ਜੀ ਕੋਲ ਖੜੇ ਪਰੇਸ਼ਾਨ ਹਨ ਪਛੇਮਾਨ ਹਨ ਪਰ ਗੁਰੂ ਜੀ ਤੱਤੀ ਤਵੀ ਉੱਤੇ ਬੈਠੇ ਵੀ ਆਖਦੇ ਹਨ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਂ ਕਮਾਂਗਾ ਦੋਹਾਈਆਂ ਦਿੰਦੇ ਸਾਈਂ ਜੀ ਬਾਹਾਂ ਓਲਾਰ ਕੇ ਉੱਚੀ ਉੱਚੀ ਪੁਕਾਰਾਂ ਕਰਦੇ ਜਹਾਂ ਖੀਰ ਦੇ ਕੋਲ ਗਏ ਤੇ ਦਿਲੀ ਦਰਦ ਲਾਵਾ ਬਣ ਕੇ ਇਉਂ ਫੁੱਟਿਆ ਮੁਸਲਮਾਨ ਹੁੰਦਿਆਂ ਜਹਾਂਗੀਰ ਸ਼ਾਹ ਐਡਾ ਜ਼ੁਲਮ ਤੂੰ ਕਿਉਂ ਕਮਾਉਣ ਲੱਗਾ ਕੋਈ ਮੁਸਲਮਾਨ ਤੇ ਮਰਦਾ ਵੀ ਫੂਕਦੇ ਨਹੀਂ ਜਿਉਂਦੇ ਰੱਬ ਨੂੰ ਅੱਗ ਤੋਂ ਲਾਉਣ ਲੱਗਾ ਮੁਸਲਮਾਨ ਹੁੰਦਿਆ ਜਹਾਂਗੀਰ ਸ਼ਾਹ ਐਡਾ ਜ਼ੁਲਮ ਤੂੰ ਕਿਉਂ ਕਮਾਉਣ ਲੱਗਾ ਮੁਸਲਮਾਨ ਤੇ ਮਰਦਾ ਵੀ ਫੋਕਦੇ ਨਹੀਂ ਜਿਉਂਦੇ ਰੱਬ ਨੂੰ ਅੱਗ ਤੋਂ ਲਾਉਣ ਲੱਗਾ ਇਹ ਇਤਫਾਕ ਹੈ ਕੋਇਨਸੀਡੈਂਸ ਕਹਿ ਲਈਏ ਕਿ 6 ਜੂਨ 1984 ਦਾ ਤੀਜਾ ਘੱਲੂ ਘਰਾ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉੱਤੇ ਹੋਇਆ ਜਦੋਂ ਭਾਰਤੀ ਹਕੂਮਤ ਨੇ ਹਰਵੰਦਰ ਸਾਹਿਬ ਉਤੇ ਟੈਂਕਾ ਦੇ ਨਾਲ ਅਟੈਕ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਬੰਬਾਂ ਨਾਲ ਉਡਾ ਕੇ ਤਬਾਹ ਕਰ ਦਿੱਤਾ ਸੰਗਤਾਂ ਵਿੱਚ ਆਏ ਭੋਲੇ-ਭਾਲੇ ਬਜ਼ੁਰਗ ਸ਼ਰਧਾਲੂ ਬੀਬੀਆਂ નિર્ਦੋਸ਼ ਮਾਤਾਵਾਂ ਤੇ ਮਾਸੂਮ ਬਾਲਾਂ ਨੂੰ ਬੜੀ ਬੇਰਹਿਮੀ ਤੇ ਬੜੀ ਬੇਕਿਰਕੀ ਨਾਲ ਗੋਲੀਆਂ ਨਾਲ ਛਰਣੀ ਕਰ ਦਿੱਤਾ ਆਖਰੀ ਲਾਈਨਾਂ ਜੀ ਚੰਦੂ ਕਿਹਾ ਗੁਰੂ ਸਾਹਿਬ ਨੂੰ ਕਹਿ ਰਿਹਾ ਹੈ ਤੇ ਤਤੀ ਤਵੀ ਤੇ ਬਿਠਾਲ ਕੇ ਚੰਦੂ ਚੰਦੂ ਕਿਹਾ ਵਿਗਾੜ ਕੇ ਨਾਲ ਮੇਰੇ ਬੁਰਾ ਹਾਲ ਹੋਇਆ ਆਖਰਕਾਰ ਤੇਰਾ ਗੁਰਾ ਮੁਸਕਰਾ ਕੇ ਅੱਗੋਂ ਆਖ ਦਿੱਤਾ ਮਿੱਠਾ ਲੱਗਦਾ ਪਾਣਾ ਕਰਤਾਰ ਤੇਰਾ ਚੰਦੂ ਆਖਿਆ ਰੋਮ ਰੋਮ ਸਾੜ ਦਿਆਂਗਾ ਗੁਰਾ ਆਖਿਆ ਹੋ ਉਪਕਾਰ ਤੇਰਾ ਚੰਦੂ ਕਿਹਾ ਮੈਂ ਤੋਬਾ ਕਰਵਾ ਦਿਆਂਗਾ ਗੁਰਾ ਆਖਿਆ ਨਹੀਂ اختیار ਤੇਰਾ ਕਿਸ ਦਿਲ ਨਾਲ ਕਰੇ ਬਿਆਨ ਕੋਈ ਨਕਸ਼ਾ ਉੱਥੇ ਜੋ ਨਜ਼ਰੀ ਆ ਰਹੀ ਆ ਸੀ ਕੁਦਰਤ ਰੋ ਰਹੀ ਸੀ ਆਪਰ ਗੁਰअर्जਨ ਸਤੀ ਤਵੀ ਤੇ ਬੈਠਾ ਮੁਸਕਰਾਰਿਆ ਸੀ ਸੋ ਗੁਰਵਰਜਨ ਦੇਵ ਜੀ ਦਾ ਸ਼ਹੀਦੀ ਗੁਰਪ੍ਰਬ ਸਿੱਖ ਕੌਮ ਰਹਿਦੀ ਦੁਨੀਆ ਤੱਕ ਪਰਲੋਤੀਕ ਬਣਾਉਂਦੀ ਰਹੇਗੀ ਉਹਨਾਂ ਦੇ ਪੂਰਨਿਆਂ ਤੇ ਚਲਦਿਆਂ ਸਿੱਖਾਂ ਨੇ ਸਿੱਖੀ ਸਤਕ ਨਿਭਾਉਂਦਿਆਂ 31 ਕਿਸਮ ਦੀ ਸ਼ਹੀਦੀ ਦਿੱਤੀ ਸ਼ਹੀਦਾਂ ਦੀ ਚਿਤਾਵਾਂ ਉਪਰ ਲੱਗੇਗੇ ਹਰ ਬਰਸ ਸਮੇਲੇ ਵਤਨ ਪਰ ਮਰਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਅ ਹੋਗਾ ਇਹ 7ਮਈ ਸ਼ਹੀਦੀ ਦੀ ਪ੍ਰਤੀਕਿਰਿਆ ਯਾਨੀ ਰਿਐਕਸ਼ਨ ਬੜੀ ਜ਼ਬਰਦਸਤ ਤੇ ਤੁਮਾਕੇਦਾਰ ਹੋਈ ਸੇਵ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਸਵਾਰੀ ਸ਼ੁਰੂ ਕੀਤੀ ਕਲਗੀ ਸਜਾਈ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਰਾਜਸੀ ਤਾਕਤ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਸਾਰੀ ਹੋਈ ਗੁਰੂ ਹਰਗੋਬਿੰਦ ਸਾਹਿਬ ਤੇ ਸਿੱਖਾਂ ਨੇ ਜ਼ਾਲਮ ਮਗਲ ਹਕੂਮਤ ਦੇ ਵਿਰੁੱਧ ਚਾਰ ਧਰਮ ਯੁੱਧ ਲੜੇ ਤੇ ਚੌਹਾਂ ਵਿੱਚ ਫਤਿਹ ਹਾਸਲ ਕੀਤੀ। ਲੋ ਜੀ ਘੜੀ ਨੇ ਇਸ਼ਾਰਾ ਕੀਤਾ ਹੋਇਆ ਕਿ ਸਮਾਂ ਹੋ ਰਿਹਾ ਹੈ। ਅਸੀਂ ਬਹੁਤ ਕੁਝ ਦਿਲ ਭਰਿਆ ਹੈ ਕਹਿਣ ਵਾਸਤੇ, ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਪਰ ਸਮੇਂ ਦੇ ਨਾਲ ਚੱਲਣਾ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨੰ ਮੰਨੀ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ। ਉਹ ਸੰਭਲ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ। ਇਹ ਠਹਿਰਣ ਜਾਚ ਨਾ ਜਾਣਦਾ ਲੱਗ ਗਿਆ ਨਾ ਮੁੜ ਕੇ ਆਉਂਦਾ ਧੰਨਵਾਦ ਸਿੱਖ ਚੈਨਲ ਦੇ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਨਾਲ ਕੇਸ਼ਦੀ ਗੁਰਪ ਮਨਾਇਆ ਧੰਨਵਾਦ सुरेंद्रਪ ਸਿੰਘ ਜੀ ਦਾ ਟੈਕਨੀਕਲ ਟੀਮ ਵੱਲੋਂ ਸੁਣਵੀ ਕੁਮਾਰ ਕਾਰਤਿਕ ਸਾਹਿਬ ਦਾ ਹੋਈਆਂ ਭੁੱਲਾਂ ਦੀ ਮਾਫੀ ਫੀਡਬੈਕ ਦੇ ਸਕਦੇ ਹੋ ਬਰਿੰਦਰ ਸਿੰਘ ਜ਼ਖਮੀ YouTube ਤੇ ਜੇ ਕੋਈ ਲੰਬੀ ਗੱਲ ਕਰਨੀ ਹੈ ਤਾਂ ਈਮੇਲ ਕਰੋ ਜੀ ਬਰਿੰਦਰ_sing_7@ hartmail.co.uk ਮੈਨੂੰ ਤੇ ਆ ਜੀ ਹੋਪਫੁਲੀ ਨੈਕਸਟ ਵੀਕ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ